ਧੰਨ ਵਾਹਿ ਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀਂ, ਮਾਇਆ ਮੋਹ ਪਰਮ ਪੈ ਭੁਲੈ, ਸੁਤ ਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤੀ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ, ਬੇਸ਼ੁਮਾਰ ਅਥਾਹ ਅਗਣਿਤ ਅਤੁਲ, ਜੋ ਬਲਾਵੋ ਤੋ ਨਾਨਕ ਦਾਸ ਬੋਲੈ, ਜੁਗੋ ਜੁਗ ਅਟਲ ਜਬਰ ਤਖਤ ਛਤਰ ਦੇ ਮਾਲਕ ਜਗਤ ਗੁਰੂ ਨਿਰੰਕਾਰ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਨਿੱਕੀ ਗੋਦ ਦਾ ਆਨੰਦ ਮਾਣ ਰਹਿ ਪੈ ਰਹੇ ਹੋ। ਧੰਨ ਧੰਨ ਯੋਗ ਹੋ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਜਿਨ੍ਹਾਂ ਦੇ ਇਤਿਹਾਸਕ ਅਸਥਾਨ ਤੇ ਆ ਕੇ ਆਪ ਜੀ ਆਪਣੇ ਦੁਰਲੱਭ ਅਮੋਲਕ ਮਨੁੱਖਾ ਜਨਮ ਨੂੰ ਸਫਲ ਕਰ ਰਹੇ। ਸਤਿਕਾਰਯੋਗ ਰਾਗੀ ਸਿੰਘ ਜੀ, ਗੁਰਬਾਣੀ ਦਾ ਮਧੁਰ ਗਾਇਨ ਆਪ ਜੀ ਨੂੰ ਸਰਵਣ ਕਰਾ ਕੇ ਆਪ ਜੀ ਦੀਆਂ ਮਨੋ ਬਿਰਤੀਆਂ ਸੁਰਤੀਆਂ ਨੂੰ ਗੁਰੂ ਕੇ ਸ਼ਬਦ ਨਾਲ ਜੋੜਨ ਦਾ ਸਫਲ ਉਪਰਾਲਾ ਕਰ ਰਹੇ ਸਨ। ਉਪਰੰਤ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਜੀ ਨੇ ਅਤੀ ਸਤਿਕਾਰਯੋਗ ਗਿਆਨੀ ਮਾਨ ਸਿੰਘ ਜੀ, ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਮਧੁਰ ਆਵਾਜ਼ ਦੇ ਨਾਲ ਆਪ ਜੀ ਨੂੰ ਚੌਦਵੀਂ ਅਸ਼ਟਪਦੀ ਦਾ ਸਲੋਕ ਅਤੇ ਦੋ ਪਦੇ ਆਪ ਜੀ ਨੂੰ ਸਰਵਣ ਕਰਾਏ ਹਨ। ਕਥਾ ਵਿਚਾਰ ਕਰਨ ਤੋਂ ਪਹਿਲਾਂ ਆਪ ਜੀ ਸਮੂਹ ਸੰਗਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਹਰ ਮੀਂਹ ਵੀ ਬਹੁਤ ਪੈ ਰਿਹਾ ਤੇ ਜਿਨ੍ਹਾਂ ਦੇ ਅੰਦਰ ਲਗਨ ਆ, ਤੜਪ ਆ, ਪਿਆਰ ਆ, ਉਹ ਮੀਂਹ ਦੇ ਵਿੱਚ ਵੀ, ਹਨੇਰੀ ਦੇ ਵਿੱਚ ਵੀ ਗੁਰੂ ਦਰਬਾਰ ਵਿੱਚ ਚੱਲ ਕੇ ਆਏ ਨੇ। ਸਤਿਗੁਰੂ ਦਾ ਸ਼ਬਦ ਹੈ, ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਝੱਖੜ ਝਾਂਗੀ, ਝਾਂਗੀ ਝੱਲ ਲਵਾਂ, ਹਨੇਰੀ ਝੱਲ ਕੇ, ਮੀਂਹ ਝੱਲ ਕੇ, ਪਰ ਮੇਰਾ ਨਿਉ ਨਾ ਟੁੱਟੇ, ਮੇਰਾ ਪਿਆਰ ਨਾ ਟੁੱਟੇ, ਮੈਂ ਗੁਰੂ ਦੇ ਕੋਲ ਚਲੇ ਜਾਵਾਂ।
ਜਿਹੜੇ ਸੁਭਾਗਿਆ ਦੇ ਅੰਦਰ ਪ੍ਰਭੂ ਪ੍ਰੀਤੀ ਹੈ ਨਾ, ਉਹਨਾਂ ਦਾ ਮਨ ਅੱਕਦਾ ਥੱਕਦਾ ਨਹੀਂ। ਉਹਨਾਂ ਕਦੀ ਨਹੀਂ ਕਿਹਾ ਕਿ ਬੜਾ ਸਮਾਂ ਹੋ ਗਿਆ ਗੁਰੂ ਦਰਬਾਰ ਵਿੱਚ ਜਾਂਦਿਆਂ, ਸੰਗਤ ਜਾਂਦਿਆਂ, ਚਲੋ ਅੱਜ ਮੀਂਹ ਪੈਂਦਾ ਅੱਜ ਨਹੀਂ ਜਾਂਦੇ, ਜਾਂ ਅੱਜ ਕੋਈ ਕੰਮ ਅੱਜ ਨਹੀਂ ਜਾਂਦੇ, ਉਹ ਅੱਕਦੇ ਥੱਕਦੇ ਨਹੀਂ। ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਦੇ ਅੰਦਰ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਨੇ। ਪਹਿਲੀ ਉਹਨਾਂ ਉਦਾਹਰਣ ਦਿੱਤੀ ਕਿ ਮੱਛੀ ਪਾਣੀ ਵਿੱਚ ਰਹਿੰਦੀ, ਅੱਕਦੀ ਥੱਕਦੀ ਨਹੀਂ। ਉਹਨੇ ਕਦੀ ਨਹੀਂ ਕਿਹਾ ਕਿ ਮੈਂ ਬੜਾ ਚਿਰ ਹੋ ਗਿਆ ਪਾਣੀ ਵਿੱਚ ਰਹਿੰਦੇ ਹਾਂ, ਪਾਣੀ ਜੋ ਬਾਹਰ ਨਿਕਲ ਜਾਵਾਂ, ਪਾਣੀ ਜੋ ਬਾਹਰ ਨਿਕਲ ਜਾਵੇਗੀ ਉਹਦੀ ਮੌਤ ਹੋ ਜਾਵੇਗੀ। ਹੋਰ ਉਦਾਹਰਣ ਦਿੱਤੀ ਭਾਈ ਸਾਹਿਬ ਨੇ ਭੰਬੜ ਦੀ, ਪਤੰਗਾ। ਪਤੰਗੇ ਨੇ ਆਪਣੀ ਅੱਖਾਂ ਦੇ ਨਾਲ ਦੀਵੇ ਦੀ ਲੋ ਨੂੰ ਤੱਕਿਆ, ਉਹਦੇ ਪਿਆਰ ਵਿੱਚ ਰਾਤ ਦਾ ਹਨੇਰਾ, ਜੰਗਲ ਵੇਲੇ ਮੀਂਹ ਹਨੇਰੀ ਰੁਕਾਵਟ ਨਹੀਂ ਪਾ ਸਕਦੀ। ਜਿੱਧਰ ਲੋ ਸੀ ਉਧਰ ਨੂੰ ਆ ਗਿਆ, ਪੁਆਟੀਆਂ ਲਈਆਂ ਤੇ ਦੀਵੇ ਦੀ ਲਾਟ ਵਰਗਾ ਹੀ ਹੋ ਗਿਆ। ਅੱਗੇ ਉਦਾਹਰਣ ਭਾਈ ਸਾਹਿਬ ਨੇ ਦਿੱਤੀ ਹੈ ਭਵਰੇ ਦੀ। ਭਵਰਾ ਫੁੱਲਾਂ ਦੀ ਬਾਸ਼ਣ ਲੈਂਦਾ, ਅੱਕਦਾ ਥੱਕਦਾ ਨਹੀਂ। ਇਸ ਫੁੱਲ ਤੋਂ ਉੱਡਿਆ ਦੂਜੇ ਫੁੱਲ ਤੇ ਚਲੇ ਗਿਆ, ਇਸ ਬਗੀਚੀ ਵਿੱਚ ਉੱਡਿਆ ਦੂਜੀ ਬਗੀਚੀ ਵਿੱਚ ਚਲੇ ਗਿਆ। ਖੁੱਲੇ ਅਸਮਾਨ ਵਿੱਚ ਪੰਛੀ ਉਡਾਰੀਆਂ ਮਾਰਦਾ, ਅੱਕਦਾ ਥੱਕਦਾ ਨਹੀਂ। ਉਹਨੇ ਕਦੀ ਨਹੀਂ ਕਿਹਾ ਬੜਾ ਸਮਾਂ ਹੋ ਗਿਆ ਜੇ ਮੈਂ ਆਪਣੇ ਆਲਣ ਵਿੱਚੋਂ ਨਹੀਂ ਨਿਕਲਾਂਗਾ। ਪਹੁ ਫਟਾਲਾ ਹੋਵੇਗਾ, ਆਪਣੇ ਆਲਣ ਵਿੱਚੋਂ ਉੱਡ ਕੇ ਖੁੱਲੇ ਸਮਾਨ ਵਿੱਚ ਕਲੋਲਾ ਕਰੇਗਾ। ਹੋਰ ਉਦਾਹਰਣ ਦਿੱਤੀ ਭਾਈ ਸਾਹਿਬ ਨੇ ਮੋਰ ਤੇ ਚਾਤਰਕ ਦੀ। ਅਸਮਾਨ ਤੇ ਕਾਲੀ ਘਟਾ ਆਈ, ਮੋਰ ਨੇ ਝੂਮ ਝੂਮ ਕੇ ਪੈਲ ਪਾਈ, ਪੀਏ ਨੇ ਪ੍ਰਯੋਗ ਪ੍ਰਯੋਗ ਕੀਤਾ। ਮੋਰ ਨੇ ਇਹ ਨਹੀਂ ਕਿਹਾ ਸਵੇਰੇ ਮੈਂ ਪੈਲ ਪਾ ਲਈ ਸੀ, ਦੁਪਹਿਰੇ ਮੈਂ ਪੈਲ ਨਹੀਂ ਪਾਵਾਂਗਾ। ਜਦੋਂ ਵੀ ਅਸਮਾਨ ਤੇ ਕਾਲੇ ਬੱਦਲ ਆਉਣਗੇ ਮੋਰ ਪੈਰ ਪਾਵੇਗਾ। ਅਗਲੀ ਉਦਾਹਰਣ ਦਿੱਤੀ ਭਾਈ ਸਾਹਿਬ ਨੇ ਹਿਰਨ ਦੀ। ਕਿਸੇ ਨੇ ਹਿਰਨ ਦਾ ਸ਼ਿਕਾਰ ਕਰਨ ਵਾਸਤੇ ਜੰਗਲ ਦੇ ਇੱਕ ਪਾਸੇ ਕੰਢੇੜੇ ਦੇ ਨਾਦ ਨੂੰ ਛੇੜ ਦਿੱਤਾ। ਉਸ ਨਾਦ ਨਾਲ, ਉਸ ਆਵਾਜ਼ ਨਾਲ ਹਿਰਨ ਦਾ ਬੜਾ ਪਿਆਰ ਹੈ। ਉਹਨੇ ਮਨ ਚ ਇਹ ਨਹੀਂ ਸੋਚਿਆ ਕਿ ਇਸਦੀ ਚਲਾਕੀ ਹੋਵੇਗੀ, ਕੋ ਧੋਖੇ ਨਾਲ ਮੈਨੂੰ ਮਾਰ ਦੇਵੇਗਾ, ਇਹ ਮਨ ਚ ਨਹੀਂ ਸੋਚਿਆ। ਪਰ ਪਿਆਰ ਦਾ ਵਾਧਾ ਹੋਇਆ, ਜਿਧਰੋਂ ਆਵਾਜ਼ ਆਈ ਉਧਰ ਨੂੰ ਦੌੜਿਆ। ਭਾਈ ਸਾਹਿਬ ਕਹਿੰਦੇ ਨੇ ਸਲਨ ਨਵਾਸ ਜੈਸ ਮੀਨ ਕੇ ਨਾ ਘਟੇ ਰੁਚ, ਦੀਪਕ ਪ੍ਰਕਾਸ਼ ਆਸ ਘਟੇ ਨਾ ਪਤੰਗ ਕੀ, ਕੁਸਮ ਸੁਬਾਸ ਜੈਸ ਤ੍ਰਿਪਤ ਨਾ ਮਦ ਬਕੋ, ਉੱਡਤ ਆਕਾਸ਼ ਆਸ ਘਟੇ ਨਾ ਬਿਹੰਗ ਕੀ, ਘਟਾ ਕਨ ਕੋਰ ਮੋਰ ਚਾਤਕ ਹਿਰਦੇ ਉਲਾਸ, ਨਾਦ ਬਾਦ ਸੁਨ ਰਤ ਘਟੇ ਨਾ ਕੁਰੰਗ ਕੀ, ਤੈਸੇ ਪ੍ਰੇਮ ਰਸਕਰ ਸਾਰ ਸੰਤ ਘਟਤ ਨਾ ਤ੍ਰਿਸ਼ਨਾ, ਪ੍ਰਬਲ ਅੰਗ ਅੰਗ ਕੀ। ਜਿਹੜੇ ਪ੍ਰਭੂ ਪਿਆਰੇ ਨੇ, ਜਿਹੜੇ ਨਿਤਾ ਪ੍ਰਭੂ ਗੁਰੂ ਦਰਬਾਰ ਵਿੱਚ ਚੱਲ ਕੇ ਆਉਂਦੇ ਨੇ, ਉਹਨਾਂ ਦੇ ਰੋਮ ਰੋਮ ਵਿੱਚ, ਅੰਗ ਅੰਗ ਵਿੱਚ ਪ੍ਰੇਮਾ ਭਗਤੀ ਕੁੱਟ ਕੁੱਟ ਕੇ ਸਮਾਈ ਹੁੰਦੀ ਹੈ। ਉਹ ਅੱਕਦੇ ਥੱਕਦੇ ਨਹੀਂ, ਭਾਵੇਂ ਮੀਂਹ ਹੋਵੇ ਤੇ ਭਾਵੇਂ ਹਨੇਰੀ ਹੋਵੇ, ਉਹ ਗੁਰੂ ਦਰਬਾਰ ਵਿੱਚ ਚੱਲ ਕੇ ਆਉਂਦੇ ਹੀ ਆਉਂਦੇ ਨੇ। ਭਾਈ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ। ਅੱਜ ਦਾ ਜੋ ਸ਼ਬਦ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੇ ਮੁਖਾਰ ਬਿੰਦ ਤੋਂ ਉਚਾਰ ਕੇ ਸਾਡੇ ਜੀਵਾਂ ਦੇ ਸਹਾਇਤਾ ਵਾਸਤੇ, ਸਾਡੇ ਕਲਿਆਣਤਾ ਵਾਸਤੇ ਜੋ ਬਾਣੀ ਦੀ ਰਚਨਾ ਕੀਤੀ ਹੈ, ਚੌਦਵੀਂ ਅਸ਼ਟਪਦੀ ਉਹਨਾਂ ਦਾ ਉਹਦਾ ਸਲੋਕ ਹੈ ਤੇ ਦੋ ਪਦ ਆਪ ਜੀ ਨੇ ਗੁਰੂ ਕਿਰਪਾ ਸਦਕਾ ਸਰਵਣ ਕਰਨੇ ਜੀ। ਸਲੋਕ ਤਜੋ ਸਿਆਨ ਬਸੁਰਜਨੋ ਸਿਮਰੋ ਹਰ ਹਰ ਰਾਏ,
ਆਪਾਂ ਜਿਹੜਾ ਬੰਦਾ ਅਕਲ ਵਾਲਾ ਹੋਵੇ ਨਾ ਤੇ ਉਹ ਸ਼ਰਾਬ ਬੜੀ ਪੀਣ ਲੱਗ ਪਏ ਤੇ ਆਪਾਂ ਕਹਿੰਦੇ ਤੂੰ ਚੰਗਾ ਭਲਾ ਬੰਦਾ ਪੜ੍ਹਿਆ ਲਿਖਿਆ ਬੰਦਾ ਹੋਇਆ ਕੀ ਤੈਨੂੰ ਤੂੰ ਛੱਡ ਪਰਾਂ ਏ। ਇੱਥੇ ਸਤਿਗੁਰ ਜਿਹੜੇ ਔਝੜੇ ਪੈ ਗਏ ਸਨ ਉਹਨਾਂ ਨੂੰ ਕਹਿੰਦੇ ਨੇ ਭਲਿਓ ਮਾਨਸੋ ਭਲਿਓ ਪੁਰਸ਼ੋ, ਸਿਆਣਪਾਂ ਨਾਲ ਤੇ ਕੁਝ ਨਹੀਂ ਹੋਣਾ, ਚਤਰਿਆਈ ਸਿਆਣਪਾਂ ਵਿੱਚ ਕਾਮਨ ਆਈ ਹੈ, ਚਤਰਾਈ ਕਿ ਮੈਂ ਬੜਾ ਵੱਡਾ, ਚਤਰਾਈ ਦੋ ਤਰ੍ਹਾਂ ਦੀ, ਇੱਕ ਧਾਰਮਿਕ ਚਤਰਾਈ ਆ, ਇੱਕ ਸਮਾਜਿਕ, ਇੱਕ ਰਾਜਨੀਤਿਕ ਚਤਰਾਈ ਵੀ ਹੈ। ਜਦੋਂ ਰਾਜਨੀਤਿਕ ਵਾਲੇ ਕੋਈ ਚੋਣਾਂ 'ਚ ਖਲੋਂਦੇ ਨਾ ਤੇ ਆਪਣੇ ਕਹਿੰਦੇ ਮੈਂ ਬੜਾ ਚਾਤਰ, ਜਿਹੜਾ ਸਾਹਮਣੇ ਵਾਲਾ ਉਹਨੂੰ ਕਿਸੇ ਗੱਲ ਦੀ ਅਕਲ ਨਹੀਂ, ਚਾਤਰ ਬਣਦੇ ਆ ਨਾ, ਮੈਂ ਚਤਰਾਈ ਬੜੀ ਵੇ। ਧਾਰਮਿਕ ਪੱਖੋਂ ਵੀ ਬੜੀਆਂ ਚਤਰਾਈਆਂ ਹੁੰਦੀਆਂ ਨੇ। ਆਪ ਜੀ ਫੇਸਬੁੱਕਾਂ ਤੇ ਵੇਂਦੇ ਹੋ ਕਿਵੇਂ ਬਾਬੇ ਭੁੜਕਦੇ ਫਿਰਦੇ ਨੇ, ਚਤਰਾਈਆਂ ਕਰਦੇ ਫਿਰਦੇ ਨੇ, ਉਹ ਚਤਰਾਈ ਕਿਸੇ ਵੀ ਕੰਮ ਨਹੀਂ। ਆਖਰ ਨੂੰ ਉਗੜ ਗਿਆ ਜਿਸ ਖੋਟਾ ਢਬੂਆ ਨਦਰ ਸਰਾਫਾਂ ਆਇਆ, ਪਤਾ ਲੱਗ ਹੀ ਜਾਂਦਾ ਕਿ ਚਤਰਾਈ ਕਰਦਾ। ਤੇ ਸਾਹਿਬ ਕਹਿੰਦੇ ਭਲੇ ਮਾਨਸੋ ਤਜ ਛੱਡੋ ਪਰਾਂ ਇਹਨਾਂ ਨੂੰ, ਤਜੋ ਸਿਆਣਪ ਸੁਰਜਣੋ ਤੇ ਕਰੋ ਕੀ ਸਿਮਰੋ ਸਿਮਰੋ ਕਿਹਨੂੰ ਹਰ ਹਰ ਰਾਏ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿਹਨੂੰ ਸਿਮਰਨਾ, ਸਾਸ ਸਾਸ ਸੰਭਾਲੇ, ਜਿਹੜਾ ਹਰ ਸਾਹ ਦੇ ਨਾਲ ਮੇਰੀ ਸੰਭਾਲ ਕਰਦਾ ਉਹਨੂੰ ਸਿਮਰ ਚਤਰਾਈ ਛੱਡ ਤੇ ਕਰ ਕੀ। ਏਕ ਆਸਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ, ਇੱਕ ਤੇ ਆਸ ਰੱਖ, ਆਸ ਰੱਖਣ ਦੇ ਨਾਲ ਕੀ ਹੋਵੇਗਾ ਤੇਰੇ ਮਨ ਦਾ ਭਰਮ ਭੁਲੇਖਾ ਸਾਰੇ ਦੁੱਖ ਵੀ ਦੂਰ ਹੋ ਜਾਣਗੇ। ਦੁੱਖਾਂ ਨੂੰ ਦੂਰ ਕਰਨ ਵਾਸਤੇ ਮਨੁੱਖ ਕਰਦਾ ਫਿਰਦਾ, ਚਤਰਾਈਆਂ ਕਰਦਾ ਫਿਰਦਾ। ਤੇ ਸਾਹਿਬ ਕਹਿੰਦੇ ਨੇ ਇੱਕ ਤੇ ਆਸ ਰੱਖ, ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਤੇ ਆਸ ਰੱਖੀ ਤੇ ਸਾਨੂੰ ਸਮਝਾਇਆ। ਜਦੋਂ ਸੁਲੀ ਖਾਨ ਚੜ੍ਹ ਕੇ ਆਇਆ ਨਾ ਤੇ ਸਿੱਖਾਂ ਨੇ ਕਿਹਾ ਸਤਿਗੁਰੂ ਜੀ ਕਸੂਰ ਕੀ ਆ, ਕੋਈ ਚਿੱਠੀ ਪਾਓ ਉਹਨੂੰ ਵੀ ਸਾਡਾ ਕੀ ਕਸੂਰ ਆ, ਜਾਂ ਦੋ ਬੰਦੇ ਭੇਜੋ ਉਹਦੇ ਵੱਲ, ਜਾਂ ਕੋਈ ਉਪਾਅ ਕਰੋ। ਪ੍ਰਥਮੇ ਮਤਾ ਜੇ ਪਤਰੀ ਚਲਾਓ, ਦੁਤੀਏ ਮਤਾ ਦੋਏ ਮਨੁੱਖ ਪਹਿਚਾਓ, ਤ੍ਰਿਤੀਏ ਮਤਾ ਕੁਛ ਕਰੋ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ, ਮੈਂ ਸਾਰਾ ਕੁਝ ਇਹ ਸਲਾਹਾਂ ਛੱਡ ਦਿੱਤੀਆਂ ਹੈ, ਪਰਮਾਤਮਾ ਕੇਵਲ ਤੂੰ ਆ ਮੇਰਾ। ਜਦੋਂ ਸੂਲੀ ਚੜ੍ਹ ਕੇ ਆਇਆ ਨਾ ਤੇ ਪ੍ਰਿਥਵੀ ਚੰਦ ਜੀ ਨੇ ਆਪਣੇ ਜਿਹੜੇ ਭੱਠੇ ਬਣਾਏ ਸੀ ਹੇਰੀ ਪਿੰਡ, ਕਹਿੰਦਾ ਉਹ ਧਰਮ ਭੱਠੇ ਵਿਖਾਵਾਂ, ਮੇਰਾ ਬੜਾ ਵਧੀਆ ਕੰਮ ਆ, ਬੜਾ ਕੰਮ ਚੱਲਦਾ ਮੇਰਾ। ਭੱਠੇ ਵਿਖਾਉਣ ਗਿਆ, ਘੋੜੇ ਤੇ ਚੜ੍ਹਿਆ ਸੀ ਸੂਲੀ ਤੇ ਘੋੜਾ ਤਰਬ ਗਿਆ ਤੇ ਭੱਠੇ 'ਚ ਛਾਲ ਮਾਰਤੀ, ਸੂਲੀ ਜਿਉਂਦਾ ਹੀ ਸੜ ਗਿਆ। ਸਾਹਿਬ ਜੀ ਦਾ ਸ਼ਬਦ ਹੈ ਸੂਲੀ ਤੇ ਨਾਰਾਇਣ ਰਾਖ, ਸੂਲੀ ਕਾ ਹਾਥ ਕਹੀਂ ਨਾ ਪਹੁੰਚੇ, ਸੂਲੀ ਹੋਏ ਮੂਆ ਨਾ ਪਾਕ। ਜਿਹੜੇ ਇਸਲਾਮ ਵਾਲੇ ਆ ਨਾ ਉਹਨਾਂ ਦੇ ਵਿੱਚ ਕੋਈ ਜਿਉਂਦਾ ਮਰ ਜਾਏ ਸੜ ਜਾਏ, ਜਿਉਂਦਾ ਸੜ ਜਾਏ ਜੇ ਉਹਨੂੰ ਨਾ ਪਾਕ ਕਹਿੰਦੇ ਕਿ ਇਹ ਅਪਵਿੱਤਰ ਹੋ ਗਿਆ, ਅਪਵਿੱਤਰ ਸੀ, ਨਾ ਪਾਕ ਹੋ ਕੇ ਸੂਲੀ ਖਤਮ ਹੋ ਗਿਆ। ਤੇ ਸਾਹਿਬ ਕਹਿੰਦੇ ਨੇ ਇੱਕ ਤੇ ਆਸ ਰੱਖ, ਇੱਕ ਤੇ ਆਸ ਰੱਖੇਗਾ ਤੇਰਾ ਭਰਮ ਭੁਲੇਖਾ ਕਿ ਮੈਨੂੰ ਕੋਈ ਵਿਚਾਰੇਗਾ,
ਇਹ ਭੁਲੇਖੇ ਭਰਮ ਸਾਰੇ ਵਹਿਮ ਨਿਕਲ ਜਾਣਗੇ, ਕੇਵਲ ਪ੍ਰਮਾਤਮਾ ਤੇਰੀ ਰੱਖਿਆ ਕਰਨ ਵਾਲਾ। ਇਬਰਾਹੀਮ ਜਿਹੜੇ ਸਨ ਨਾ, ਇਬਰਾਹੀਮ ਪੈਗੰਬਰ ਸਾਹਿਬ, ਪਹਿਲਾਂ ਮੁਸਲਮਾਨ ਲੋਕ ਬੁੱਤਾਂ ਦੀ ਪੂਜਾ ਕਰਦੇ ਸਨ, ਨਮਰੂਦ ਬਾਦਸ਼ਾਹ ਕਹਿਣ ਲੱਗਾ ਇਬਰਾਹੀਮ ਨੂੰ, ਤੂੰ ਬੁੱਤਾਂ ਦੀ ਪੂਜਾ ਕਿਉਂ ਨਹੀਂ ਕਰਦਾ, ਤੂੰ ਖੁਦਾ ਖੁਦਾ ਅੱਲਾ ਅੱਲਾ ਕਹਿੰਦਾ, ਬੁੱਤਾਂ ਦੀ ਪੂਜਾ ਕਰੋ। ਕਿ ਨਹੀਂ, ਮੈਂ ਨਬੀ ਦੇ ਦਰਵਾਜ਼ੇ ਤੱਕ ਪਹੁੰਚ ਗਿਆ, ਖੁਦਾ ਦੇ ਕੋਲ ਆ, ਮੈਂ ਬੁੱਤਾਂ ਦੀ ਪੂਜਾ ਨਹੀਂ ਕਰਨੀ। ਉਹਨੇ ਕਿਹਾ ਤੈਨੂੰ ਪਤਾ ਇਹਦੀ ਸਜ਼ਾ ਕੀ ਆ? ਇਹਦਾ ਹਾਂ ਪਤਾ, ਪਰ ਮੈਂ ਬੁੱਤ ਪ੍ਰਸਤੀ ਨਹੀਂ ਬਣਨਾ, ਬੁੱਤ ਪੂਜਾ ਨਹੀਂ ਕਰਨੀ, ਮੈਂ ਕੇਵਲ ਤਾਂ ਕੇਵਲ ਅੱਲਾਹ ਤਾਲਾ ਖੁਦਾ ਨੂੰ ਇੱਕ ਸਮਝਦਾ ਤੇ ਉਹਨੂੰ ਮੰਨਦਾ। ਸਜ਼ਾ ਦਿੱਤੀ, ਖੁੱਲੇ ਮੈਦਾਨ ਦੇ ਵਿੱਚ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ, ਅੱਗ ਲਾ ਦਿੱਤੀ। ਜਦੋਂ ਅੰਗਿਆਰ ਬਣੇ, ਕਹਿੰਦੇ ਤੈਨੂੰ ਸਜ਼ਾ ਇਹਨਾਂ ਅੰਗਿਆਰਾਂ ਉੱਤੇ ਤੁਰ। ਅਜ਼ਰਾਈਲ ਫਰਿਸ਼ਤਾ ਆਇਆ, ਕਹਿਣ ਲੱਗਾ ਤੇਰੇ ਵਾਸਤੇ ਕੋਈ ਪਰਮਾਤਮਾ ਅੱਗੇ ਖੁਦਾ ਅੱਗੇ ਅਰਦਾਸ ਕਰਾਂ? ਇਬਰਾਹਿਮ ਜੀ ਕਹਿਣ ਲੱਗੇ ਨਹੀਂ, ਜਿਹਨੂੰ ਮੈਂ ਯਾਦ ਕਰਦਾ ਮੇਰੀ ਰੱਖਿਆ ਹੋਵੇ ਕਰੇਗਾ। ਕਹਿੰਦੇ ਇਬਰਾਹਿਮ ਨੇ ਜਦੋਂ ਅੰਗਿਆਰਾਂ ਤੇ ਪੈਰ ਰੱਖਿਆ, ਤੂੰ ਗੁਲਾਬ ਦੇ ਫੁੱਲ ਬਣ ਗਏ। ਜਦੋਂ ਇੱਕ ਤੇ ਆਸ ਹੋਵੇ ਨਾ, ਇੱਕ ਤੇ ਆਸ, ਉਹ ਪਰਮਾਤਮਾ ਜਿਹਦੇ ਤੇ ਆਸ ਆ ਉਹ ਰੱਖਿਆ ਕਰਦਾ, ਪਾਲਣਾ ਕਰਦਾ, ਉਹ ਸਾਰਾ ਭਰਮ ਭੁਲੇਖੇ ਦੂਰ ਕਰ ਦਿੰਦਾ। ਤੇ ਸਾਹਿਬ ਕਹਿੰਦੇ ਨੇ ਸਿਆਣਪਾਂ ਛੱਡ ਦੇ, ਇੱਕ ਤੇ ਆਸ ਰੱਖ, ਤੇਰੇ ਭਰਮ ਵਹਿਮ ਭੁਲੇਖੇ ਸਾਰੇ ਦੁੱਖ ਦੂਰ ਹੋ ਜਾਣਗੇ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਜਬ ਜਾਨ। ਮਨੁੱਖ ਦਾ ਆਸਰਾ, ਮਨੁੱਖ ਦੀ ਓਟ, ਉਹਦੀ ਟੇਕ ਰੱਖਣੀ, ਇਹ ਸਮਝਣਾ ਵੀ ਐਵੇਂ ਹੈ। ਤੇ ਸਾਡੀ ਹਾਲਤ ਕੀ ਆ? ਭਾਈ ਗੁਰਦਾਸ ਜੀ ਕਹਿੰਦੇ ਨੇ ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਹੋਏ, ਸੁਚੇਤ ਅਚੇਤ ਹੋਏ, ਮਾਨਸ ਮਾਨਸ ਦੇ ਵੱਲ ਹੇਰੇ, ਪਸ਼ੂ ਨਾ ਮੰਗੇ ਪਸ਼ੂ ਤੋਂ ਪੰਖੇਰੂ ਪੰਖੇਰੂ ਘੇਰੇ। ਮਨਮੁਖ ਬੰਦਾ, ਇਹ ਤੇਰੇ ਨਾਲ ਤੇ ਪਸ਼ੂ ਚੰਗੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖ, ਤੂੰ ਸਿਆਣਾ ਬਿਆਣਾ ਹੁੰਦਾ ਹੋਇਆ ਵੀ ਆਣੀਆਂ ਬਣੀਆਂ ਗੱਲਾਂ ਕਰਦਾ, ਮਨੁੱਖ ਮਨੁੱਖ ਵੱਲ ਤਰਲੇ ਕੱਢਦਾ ਫਿਰਦਾ, ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ ਦੇ, ਪਸ਼ੂ ਪਸ਼ੂ ਤੋਂ ਮੰਗਦਾ ਨੀ ਕੋਈ, ਮੈਨੂੰ ਵੀ ਕੁਛ ਦੇ। ਦੋ ਪਸ਼ੂ ਬੱਧੇ ਹੋਣ ਨਾ, ਇੱਕ ਦੂਜੀ ਥੋੜੀ ਦੂਰ ਖੁਰਲੀ ਹੋਵੇ, ਇੱਕ ਹਰਿਆ ਖਾਂਦਾ ਹੋਵੇ ਤੇ ਕੋਈ ਸੁੱਕਾ ਖਾਂਦਾ ਹੋਵੇ। ਸੁੱਕਾ ਖਾਣ ਵਾਲੇ ਕਦੀ ਨੀ ਆਂਦਾ ਇਧਰੋਂ ਭੁੱਕ ਕੇ ਮੈਨੂੰ ਵੀ ਦੇ, ਉਹ ਰੱਸਾ ਤੜਾਏਗਾ, ਕਿੱਲਾ ਪਟਾਏਗਾ, ਕੋਸ਼ਿਸ਼ ਕਰੇਗਾ ਤਾਂ ਹਰਿਆ ਖਾਏਗਾ। ਪੰਖੇਰੂ ਪੰਖੇਰੂ ਪੰਛੀ ਪੰਛੀ ਦੇ ਆਸ ਨਹੀਂ ਰੱਖਦਾ, ਇਹ ਮੈਨੂੰ ਕੁਝ ਲਿਆ ਕੇ ਦੇਵੇਗਾ। ਪਰ ਬੰਦਾ ਸਿਆਣਾ ਹੁੰਦਿਆਂ ਹੋਇਆਂ ਵੀ ਮਨੁੱਖ ਮਨੁੱਖ ਦੀ ਆਸ ਰੱਖਦਾ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਬੰਦੇ ਦਾ ਹੋਏ, ਬੰਦਾ ਹੁਕਮੀ ਬੰਦਾ ਹੋਏ ਕਿ ਨਿੱਠ ਨਿੱਤ ਉੱਠ ਜਾਏ ਸਲਾਮ ਕਰਨ ਦਾ, ਆਠ ਪੈਰ ਹੱਥ ਜੋੜ ਕੇ, ਅੱਠੇ ਪੈਰ ਹੋਏ ਹਜ਼ੂਰੀ ਰਹਿ ਖੜਨ ਦਾ। ਬੰਦਾ ਬੰਦੇ ਦੇ ਭਾਵ ਗੁਲਾਮ, ਗੁਲਾਮ ਦਾ ਗੁਲਾਮ ਬਣਦਾ ਫਿਰਦਾ ਪਰਮਾਤਮਾ ਨੂੰ ਛੱਡ ਕੇ, ਉਹਦੀ ਜੀ ਹਜ਼ੂਰੀ ਕਰਦਾ ਫਿਰਦਾ। ਦੇਣ ਵਾਲਾ ਕੇਵਲ ਪਰਮਾਤਮਾ,
ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਬਫਾਵੈ। ਜੇ ਕੋਈ ਬੰਦਾ ਚੰਗਾ ਕੰਮ ਕਰਦੇ ਨਾ ਤੇ ਫੜਾਂ ਬੜੀਆਂ ਮਾਰਦਾ, ਬੱਲੇ ਬੱਲੇ ਇਹਦਾ ਤੇ ਕੰਮ ਹੀ ਨਹੀਂ ਸੀ ਬਣਨਾ, ਜੇ ਮੈਂ ਨਾ ਹੁੰਦਾ ਉੱਥੇ, ਇਹਨੂੰ ਤੇ ਕੋਈ ਜਾਣਦਾ ਹੀ ਨਹੀਂ ਸੀ, ਮੈਂ ਪੱਲਿਓ ਪੈਸਾ ਲਾਤਾ, ਬੜੀਆਂ ਫੜਾਂ ਮਾਰਦਾ ਬੰਦਾ। ਏਕ ਚੰਗਿਆਈ, ਏਕ ਚੰਗਿਆਈ ਕਰਨ ਦੇ ਨਾਲ ਕਈ ਵਾਰ ਹੁੰਦਾ ਉਹ ਬੇਇੱਜ਼ਤੀ ਬੜੀ ਕਰਦਾ ਚੌਂ ਬੰਦਿਆਂ ਦੇ ਵਿੱਚ, ਕਿਤੇ ਬੰਦਾ ਨਾ ਨਾ ਵੇਖੇ ਜਿਹਦਾ ਕੰਮ ਕੀਤਾ ਹੁੰਦਾ ਚੰਗਾ, ਤੇ ਉਹਨੂੰ ਕਹਿੰਦੇ ਹੁਣ ਤੂੰ ਤੇ ਵੇਹਦਾ ਹੀ ਨਹੀਂ। ਉਹ ਕਹਿੰਦਾ ਜੀ ਮੈਂ ਤੁਹਾਨੂੰ ਵੇਖਿਆ ਨਹੀਂ ਜੀ, ਗਲਤੀ ਹੋ ਗਈ ਮੇਰੇ ਕੋਲ, ਮੈਂ ਨਹੀਂ ਵੇਖਿਆ ਤੁਹਾਡੇ ਵੱਲ। ਨਹੀਂ ਨਹੀਂ ਤੇਰੀਆਂ ਅੱਖਾਂ ਹੋਰ ਹੋ ਗਈਆਂ, ਉਹਦੀ ਬੇਇੱਜ਼ਤੀ ਕਰੀ ਜਾਣੀ, ਤੇਰੀਆਂ ਅੱਖਾਂ ਹੀ ਹੋਰ ਹੋ ਗਈਆਂ, ਉਹ ਤੇਰੀਆਂ ਤੇ ਅੱਖਾਂ ਤੇ ਚਰਬੀ ਚੜ ਗਈ ਹੁਣ, ਤੈਨੂੰ ਪਛਾਣਦੇ ਨੀ ਕੋਈ, ਉਦੋਂ ਤੈਨੂੰ ਪਤਾ ਨਹੀਂ ਸੀ, ਜੋ ਤੈਨੂੰ ਕੋਈ ਜਾਣਦਾ ਨਹੀਂ ਸੀ ਮੈਂ ਤੇਰਾ ਕੰਮ ਕੀਤਾ, ਚੋ ਬੰਦਾ ਜੁਦ ਬੇਇੱਜ਼ਤੀ ਕਰੀ। ਜੇ ਕੋ ਏਕ ਕਰੇ ਚੰਗਿਆਈ ਮਨ ਚ ਤਾਂ ਬਹੁਤ ਬਫਾਵੇ, ਇਹ ਤੇ ਗੁਣ ਬੱਲੇ ਬੱਲੇ ਰੱਬ ਦੇ ਕਿੰਨੇ ਗੁਣ ਆ। ਇਹਤੀਆਂ ਚੰਗਿਆਈਆਂ ਦੇ ਨਾ ਪਛੋਤਾਏ, ਉਹ ਦਿੰਦਾ ਵੀ ਆ ਪਛਤਾਉਂਦਾ ਨਹੀਂ ਵੀ ਮੈਂ ਤੈਨੂੰ ਦੇ ਦਿੱਤਾ, ਉਹਨੂੰ ਕੋਈ ਤਮਾ ਨਹੀਂ, ਉਹਨੂੰ ਕੋਈ ਲਾਲਚ ਨਹੀਂ ਕਿ ਮੈਂ ਇਹਨੂੰ ਕੁਝ ਦੇ ਦਿੱਤਾ ਤੇ ਮੇਰਾ ਨਾਮ ਜਪੇ, ਇਹ ਮੇਰਾ ਵੱਲ ਵੇਖੇ। ਅਸੀਂ ਆਪਣੇ ਆਪ ਥੈਂਕ ਯੂ ਕਹਿਣਾ, ਆਪਣੇ ਆਪ ਧੰਨਵਾਦ ਕਰਨਾ, ਜਿਵੇਂ ਕਿ ਸਾਡਾ ਕੰਮ ਚੰਗਾ ਕਰ ਦਿੰਦਾ ਆਪਾਂ ਕਹਿੰਦੇ ਧੰਨਵਾਦ ਤੇਰਾ ਬਹੁਤ ਬਹੁਤ ਪਈ, ਤੇ ਪਰਮਾਤਮਾ ਦਾ ਧੰਨਵਾਦ ਕਰਨਾ, ਪਰਮਾਤਮਾ ਸੋਹਣਾ ਸਾਨੂੰ ਸਰੀਰ ਦਿੱਤਾ ਤੇ ਸਰੀਰ ਦੇ ਵਰਤਣ ਵਾਸਤੇ ਹਰ ਵਸਤੂ ਸਾਨੂੰ ਦੇਈ ਜਾਂਦਾ। ਤੇ ਸਾਹਿਬ ਕਹਿੰਦੇ ਨੇ ਮਨੁੱਖੀ ਟੇਕ, ਮਨੁੱਖ ਤੇ ਭਰੋਸਾ ਕਰਨਾ, ਮਨੁੱਖ ਤੇ ਟੇਕ ਰੱਖਣੀ, ਅਜਾਈ ਜਾਵੇਗੀ ਬਿਰਤੀ ਸਭ ਜਾਨ ਦੇਵਨ ਕੋਏ ਕੇ। ਭਗਵਾਨ ਦੇਣ ਵਾਲਾ ਤੈਨੂੰ ਕੇਵਲ ਭਗਵਾਨ ਪਰਮਾਤਮਾ, ਹਰ ਵਕਤ ਹਰ ਵੇਲੇ ਹਰ ਸਮੇਂ ਜਿੱਥੇ ਕਿੱਥੇ ਵੀ ਤੂੰ ਹੈ, ਤੇਰੀ ਪਾਲਣਾ ਕਰਨ ਵਾਲਾ ਕੇਵਲ ਪਰਮਾਤਮਾ ਆਪ ਆ। ਉਹ ਬੜਾ ਪਰਮਾਤਮਾ ਬਹੁਤ ਵੱਡਾ, ਉਹ ਦੁੱਖਾਂ ਨੂੰ ਵੇਂਦਾ ਵੀ ਆ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਭਾਰ ਗਨੀ ਮਨਗਾਰੇ, ਪਸ਼ ਪਸ਼ੂ ਨਗ ਨਾਗ ਨਰਾਦਬ ਸਰਬ ਸਮੈ ਸਭ ਕੋ ਪ੍ਰਤਪਾਰੇ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕਹਿ ਨਹੀਂ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਤ ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਬੜਾ ਦਿਆਲੂ ਆ, ਉਹ ਦੀਨਾਂ ਤੇ ਦਿਆਲਤਾ ਕਰਨ ਵਾਲਾ, ਦੁਖੀਆਂ ਤੇ ਦੁੱਖ ਦੂਰ ਕਰਨ ਵਾਲਾ, ਬੜਾ ਵੱਡਾ ਬੜੇ ਵੱਡੇ ਖਜ਼ਾਨੇ ਦਾ ਮਾਲਕ ਆ। ਸਾਡੇ ਸਾਰੇ ਦੋਸ਼ਾਂ ਨੂੰ ਵੇਂਦਾ ਹੋਇਆ, ਗੁਨਾਹਾਂ ਨੂੰ ਵੇਂਦਾ ਹੋਇਆ, ਪਰ ਦੇਣ ਲੱਗਾ ਹੱਥ ਪਿੱਛੇ ਨਹੀਂ ਕਰਦਾ, ਹੱਥ ਪਿੱਛੇ ਨਹੀਂ ਗੱਜਦਾ। ਦੇਵਨ ਕੋਈ ਕਿ ਭਗਵਾਨ ਜਿਸ ਕੇ ਦੀਏ ਰਹੇਗਾ, ਜਿਹਦੇ ਦੇ ਤਿਆ ਬੰਦਾ ਰੱਜ ਜਾਵੇਗਾ। ਮਨੁੱਖ ਦੇ ਤਿਆ ਬੰਦਾ ਨਹੀਂ ਰੱਜਦਾ, ਨੀਤ ਰੱਜਦੀ ਨਹੀਂ, ਪਰ ਪਰਮਾਤਮਾ ਦੇ ਤਿਆ ਰੱਜ ਜਾਂਦਾ, ਸੰਤੋਖ ਆ ਜਾਂਦਾ। ਕਿਵੇਂ ਆ ਜਾਂਦਾ? ਤ੍ਰਿਸ਼ਨਾ ਪੂਜੇ ਹਰ ਕੇ ਨਾਮ ਮਾਂ ਸੰਤੋਖ, ਬਹੁਤ ਵੱਡਾ ਸੰਤੋਖ। ਵਾਹਿਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ, ਮਾਂ ਸੰਤੋਖ ਹੋਵੇ ਉਹਦੇ ਗੁਰੂ ਦੇ ਬਚਨਾਂ ਨਾਲ, ਮਾਂ ਸੰਤੋਖ। ਮੁੜ ਕੇ ਲਾਲਚ ਆਉਂਦਾ ਹੀ ਨਹੀਂ, ਜਦੋਂ ਬੰਦਾ ਰੱਜ ਜਾਂਦਾ ਨਾ ਪਰਮਾਤਮਾ ਦਿੱਤਿਆਂ ਰੱਜ ਜਾਂਦਾ, ਫਿਰ ਕੀ ਹੁੰਦਾ? ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਭਾਵੇਂ ਤੂੰ ਦੁੱਖ ਦੇ ਸੁੱਖ ਦੇ, ਫਿਰ ਉਹ ਬੰਦਾ ਕਹਿੰਦਾ ਇਹ ਪਰਮਾਤਮਾ ਕਿਤਿਆਂ ਦੁੱਖ ਭੂਖ ਸਦਮਾਰ, ਇਹ ਪੈਦਾਤ ਤੇਰੀ ਦਾਤਾਰ। ਦੁੱਖ ਦੇ ਸੁੱਖ ਦੇ ਜਦੋਂ ਰੱਜ ਜਾਂਦਾ ਬੰਦਾ, ਪਰਮਾਤਮਾ ਦਿੱਤਿਆਂ ਐਸਾ ਰੱਜ ਜਾਵੇਗਾ
ਦੁਬਾਰਾ ਲਾਲਚ, ਦੁਬਾਰਾ ਤਿਸ਼ਨਾ ਪਾਉਂਦੀ ਨਹੀਂ, ਸਤਾਉਂਦੀ ਨਹੀਂ। ਗੌਰ ਨਾ ਤ੍ਰਿਸ਼ਨਾ ਲੱਗ ਆਏ, ਦੁਬਾਰਾ ਤ੍ਰਿਸ਼ਨਾ ਪੈਂਦੀ ਨਹੀਂ, ਲਾਲਚ ਆਉਂਦਾ ਹੀ ਨਹੀਂ। ਮਾਰੇ ਰਾਖੈ ਏਕੋ ਆਪ, ਪਰਮਾਤਮਾ ਜਨਮ ਵੀ ਆਪ ਦਿੰਦਾ, ਪਾਲਣਾ ਵੀ ਆਪ ਕਰਦਾ, ਰਾਖੀ ਵੀ ਆਪ ਕਰਦਾ, ਸੰਘਾਰ ਵੀ ਆਪ ਕਰਦਾ, ਸੰਸਾਰ ਤੋਂ ਲੈ ਕੇ ਵੀ ਆਪ ਜਾਂਦਾ। ਮਨੁੱਖ ਦੇ ਵੱਸ ਵਿੱਚ ਕੁਛ ਨਹੀਂ, ਕਈ ਵਾਰ ਇਹਨੂੰ ਦਾ ਸਾਰਾ ਕੁਝ ਮਨੁੱਖ ਨਹੀਂ ਕਰ ਸਕਦਾ। ਬੱਚਾ ਪੈਦਾ ਹੋਇਆ, ਮਾਂ ਸੰਸਾਰ ਤੋਂ ਚਲੇ ਗਈ, ਕੁਝ ਚਿਰ ਬਾਅਦ ਪਿਤਾ ਸੰਸਾਰ ਤੋਂ ਚਲੇ ਗਿਆ। ਰਿਸ਼ਤੇਦਾਰ ਕਹਿੰਦੇ ਆ, ਸਾਡੇ ਆਪਣੇ ਬੱਚੇ ਆ, ਇਹਨਾਂ ਦੇ ਬੱਚੇ ਨੂੰ ਕਿਵੇਂ ਪਾਲੀਏ ਅਸੀਂ? ਹੁਣ ਉਹ ਯਤੀਮ ਖਾਨੇ ਛੱਡ ਆਉਂਦੇ ਨੇ, ਯਤੀਮ ਖਾਨੇ ਵਿੱਚ ਕੁਝ ਚਿਰ ਪਲਿਆ, ਫਿਰ ਕੀ ਆ, ਕੋਈ ਅਮੀਰ ਆਦਮੀ ਹੈਗਾ ਔਲਾਦ ਤੋਂ ਬਿਨਾਂ, ਉਹ ਕੁਝ ਪੈਸੇ ਦੇ ਕੇ ਬੱਚਾ ਲੈ ਗਿਆ। ਜਨਮ ਕਿਸੇ ਦਿੱਤਾ, ਰੱਖਿਆ ਕਿਸੇ ਨੇ, ਅੱਗੇ ਕੋਈ ਲੈ ਗਿਆ। ਪਰ ਪਰਮਾਤਮਾ ਜਨਮ ਵੀ ਆਪ ਦਿੰਦਾ, ਪਾਲਣਾ ਵੀ ਆਪ ਕਰਦਾ, ਰੱਖਿਆ ਵੀ ਆਪ ਕਰਦਾ, ਸੰਘਾਰ ਵੀ ਆਪ ਕਰਦਾ। ਕੋਈ ਮਨੁੱਖ ਕੁਛ ਨਹੀਂ ਕਰ ਸਕਦਾ। ਕਈ ਵਾਰ ਇੰਜ ਹੁੰਦਾ, ਬਹੁਤ ਅਮੀਰ ਆਦਮੀ ਦਾ ਬੱਚਾ ਗਰੀਬ ਆਦਮੀ ਦੇ ਬੱਚੇ ਨੂੰ ਚਪੇੜ ਮਾਰਦੇ ਨਾ, ਮਾਰਦਾ ਹੋਵੇ, ਸੋਟੀ ਮਾਰਦਾ ਹੋਵੇ, ਤੇ ਗਰੀਬ ਆਦਮੀ ਉਹਨੂੰ ਉਹਦੇ ਹੱਥੋਂ ਸੋਟੀ ਵੀ ਨਹੀਂ ਖੋਂਦਾ, ਉਹਦੇ ਹੱਥ ਨੂੰ ਵੀ ਫੜਦਾ, ਹੱਥ ਜੋੜੀ ਜਾਂਦਾ, ਨਾ ਮਾਰੋ ਜੀ, ਨਾ ਮਾਰੋ, ਨਾ ਮਾਰੋ ਜੀ, ਨਾ ਮਾਰੋ, ਇਹਨੂੰ ਸੱਟ ਲੱਗਦੀ ਹੈ। ਪਰ ਪਰਮਾਤਮਾ ਇਸ ਤਰ੍ਹਾਂ ਨਹੀਂ ਕਰਦਾ, ਪਰਮਾਤਮਾ ਆਪ ਰੱਖਿਆ ਕਰਦਾ। ਮਨ ਕੇ ਕੁਛ ਨਾ ਹੀ ਹੱਥ, ਮਨੁੱਖ ਦੇ ਹੱਥ ਵਿੱਚ ਕੁਛ ਨਹੀਂ। ਪਰਮਾਤਮਾ ਜਨਮ ਆਪ ਦਿੰਦਾ, ਪਾਲਣ ਆਪ ਕਰਦਾ, ਰੱਖਿਆ ਆਪ ਕਰਦਾ, ਸੰਘਾਰ ਵੀ ਆਪ ਕਰਦਾ, ਮਨੁੱਖ ਦੇ ਹੱਥ ਵਿੱਚ ਕੁਛ ਨਹੀਂ। ਮਨ ਕੇ ਕੁਛ ਨਾ ਹੀ ਆਦਿ, ਜਿਸਕਾ ਹੁਕਮ ਬੂਝ ਸੁੱਖ ਹੋਏ। ਜੇ ਸੁੱਖ ਲੈਣਾ, ਉਹਦੇ ਹੁਕਮ ਨੂੰ ਸਮਝਣਾ ਪਵੇਗਾ, ਜਾਣਨਾ ਪਵੇਗਾ। ਸਾਹਿਬ ਕਹਿੰਦੇ ਨੇ, ਉਹਦੇ ਹੁਕਮ ਵਿੱਚ ਤੁਰਨ ਦੇ ਨਾਲ ਸੁੱਖ ਦੀ ਸੁੱਖ ਮਿਲੇਗਾ। ਜਿਹੜਾ ਅਗਨ ਬਰਾਬਰ ਤੱਪੈ, ਭੀਤਰ ਵਗੈ ਕਾਤੀ, ਪਰਣਵਤ ਨਾਨਕ ਹੁਕਮ ਪਛਾਣੈ। ਸੁੱਖ ਹੋਵੇ ਦਿਨ ਰਾਤੀ, ਸੁੱਖ ਹੋਵੇ ਦਿਨ ਰਾਤੀ। ਜੀ ਸੁੱਖ ਹੋਵੇ ਦਿਨ ਰਾਤੀ, ਸੁੱਖ ਹੋਵੇ ਦਿਨ ਰਾਤੀ। ਜਿਹੜਾ ਅਗਨ ਅੰਦਰ ਤ੍ਰਿਸ਼ਨਾ ਦੀ ਅੱਗ ਭਾਂਬੜ ਬਲਦੇ ਨੇ, ਅੰਦਰ ਕੈਂਚੀਆਂ ਚੱਲਦੀਆਂ ਪਈਆਂ ਨੇ, ਪਰਮਤ ਨਾਨਕ ਬੇਨਤੀ ਕਰਦਾ, ਹੁਕਮ ਵਿਛਾਣੇ ਉਹਦੇ ਰਜਾ ਵਿੱਚ, ਉਹਦੇ ਭਾਣੇ ਵਿੱਚ, ਉਹਦੇ ਹੁਕਮ ਵਿੱਚ ਚੱਲਣਾ ਸਿੱਖ ਲੇਗਾ ਦਿਨੇ ਰਾਤ ਹੀ, ਸਦੀਵ ਕਾਲ ਵਾਸਤੇ ਮਿੱਤਰਾ, ਤੈਨੂੰ ਸੁੱਖ ਹੀ ਸੁੱਖ ਮਿਲੇਗਾ। ਜਿਸਕਾ ਨਾਮ ਰੱਖ ਕੰਠ ਪਰੋਏ, ਸੁੱਖ ਮਿਲੇਗਾ ਤੇ ਕਰ ਕੀ, ਤਾਂ ਸੁੱਖ ਮਿਲੇਗਾ। ਜਿਵੇਂ ਕਿਸੇ ਨੇ ਗਲ 'ਚ ਸੋਨਾ ਪਾਇਆ ਹੋਵੇ ਨਾ, ਕੈਂਠਾ ਪਾਇਆ ਹੋਵੇ, ਉਹਦਾ ਗਲ ਬੜਾ ਸੋਹਣਾ ਲੱਗਦਾ। ਤੇ ਜੇ ਤੂੰ ਨਾਮ ਜਪੇਗਾ, ਆਪਣੇ ਹਿਰਦੇ ਰੂਪੀ ਗਲ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਕੈਂਠਾ ਪਾਇਆ ਹੋਵੇਗਾ ਨਾ, ਤੇ ਸੋਹਣਾ ਵੀ ਲੱਗੇਗਾ ਤੇ ਦਿਨ ਰਾਤ ਨੂੰ ਸੁੱਖ ਮਿਲੇਗਾ। ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਲਾਗੇ ਕੋਏ। ਸਿਮਰ 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 ਪ੍ਰਭ ਸੋਏ, ਪ੍ਰਭੂ ਨੂੰ ਉਹਦੀ ਆਰਾਧਨਾ ਕਰ, ਉਹਨੂੰ ਚਿੱਤ ਚ ਵਸਾ, ਤੇ ਕੀ ਹੋਏਗਾ,
ਤੇਰੀ ਜ਼ਿੰਦਗੀ ਦੇ ਵਿੱਚ, ਤੇਰੀ ਆਤਮਿਕ ਜ਼ਿੰਦਗੀ ਦੇ ਵਿੱਚ ਕੋਈ ਵੀ ਰੁਕਾਵਟ, ਕੋਈ ਵਿਘਨ ਨਹੀਂ ਪਵੇਗਾ। ਵਿਘਨ ਪੈ ਹੀ ਨਹੀਂ ਸਕਦਾ ਜੇ ਤੇਰੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਹੋਵੇਗਾ। ਉਸਤ ਮਨ ਮੈਂ ਕਰ ਨਿਰੰਕਾਰ, ਉਹਦੀ ਉਸਤਤੀ ਕਰਨੀ, ਉਹਦੀ ਸੋਭਾ ਕਰਨੀ। ਆਮ ਬੰਦੇ ਦੀ ਸੋਭਾ ਕਰਨ ਲੱਗੇ ਨਾ ਤੇ 2 ਮਿੰਟਾਂ 'ਚ, 3 ਮਿੰਟਾਂ 'ਚ, 4 ਮਿੰਟਾਂ 'ਚ ਸੋਭਾ ਖਤਮ ਹੋ ਜਾਏਗੀ। ਪਰ ਪਰਮਾਤਮਾ ਦੀ ਏਡੀ ਵੱਡੀ ਸੋਭਾ, ਉਹ ਸੋਭਾ ਕਰਦਿਆਂ ਕਰਦਿਆਂ ਬੰਦਾ ਤਾਂ ਖਤਮ ਹੋ ਜਾਊਗਾ, ਪਰ ਪਰਮਾਤਮਾ ਦੀ ਸੋਭਾ ਖਤਮ ਨਹੀਂ ਹੋਣੀ, ਉਹਦੀ ਸਿਫਤ ਖਤਮ ਨਹੀਂ ਹੋਣੀ। ਉਹ ਏਡੀ ਏਡੀ ਸੋਭਾ ਦਾ ਮਾਲਕ ਆ, ਏਡੀ ਸਿਫਤ ਦਾ ਮਾਲਕ ਆ, ਏਡੀਆਂ ਉਹਦੀਆਂ ਵਡਿਆਈਆਂ ਨੇ, ਏਡੀ ਉਹਦੀ ਸੋਭਾ। ਉਸਤ ਮਨ ਮੈਂ ਕਰ ਨਿਰੰਕਾਰ, ਤੇ ਕਰ ਕੀ ਨਾਲ, ਇਕੱਲੀ ਉਸਤਤੀ ਨਾ ਕਰੀ। ਕਈ ਵਾਰ ਝੂਠਾ ਬੰਦਾ ਵੀ ਉਸਤਤੀ ਕਰ ਜਾਂਦਾ, ਉਹਦੇ ਨਾਲ ਵਿਹਾਰ ਵੀ ਚੰਗਾ ਹੋਣਾ ਚਾਹੀਦਾ। ਤੇਰਾ ਜੀਵਨ ਦਾ ਜਿਹੜਾ ਵਿਹਾਰ ਆ ਉਹ ਵੀ ਚੰਗਾ ਹੋਣਾ ਚਾਹੀਦਾ। ਮੂੰਹ ਦੇ ਨਾਲ ਉਸਤਤੀ ਨਾ ਇਕੱਲੀ ਕਰੀ, ਉਸਤਤੀ ਕਰਨ ਦੇ ਨਾਲ ਨਾਲ ਆਪਣੇ ਵਿਹਾਰ ਨੂੰ ਵੀ ਚੰਗਾ ਰੱਖੀ। ਉਸਤ ਮਨ ਮੈਂ ਕਰ ਨਿਰੰਕਾਰ। ਹੁਣ ਕਿਸੇ ਰਾਜੇ ਨੇ ਚੋਰ ਨੂੰ ਫੜ ਲਿਆ ਤੇ ਰਾਜੇ ਨੇ ਸਜ਼ਾ ਦਿੱਤੀ ਵੀ ਇਹਨੂੰ 5-7 ਮਹੀਨੇ ਨੂੰ ਕੈਦ 'ਚ ਰੱਖੋ। ਉਹ ਆਂਦਾ ਜੀ ਤੁਸੀਂ ਬੜੇ ਦਲੇਰ ਹੋ, ਤੁਸੀਂ ਪਰਜਾ ਪਾਲਕ ਹੋ, ਤੁਸੀਂ ਅੰਨਦਾਤਾ ਹੋ, ਕਿਰਪਾ ਕਰੋ ਮੈਨੂੰ ਵੀ ਛੱਡ। ਉਸਦੇ ਤੇ ਬੜੀ ਕਰ ਰਿਹਾ ਹੋ ਪਰ ਕੰਮ ਚੰਗੇ ਨਹੀਂ ਕੀਤੇ। ਆ ਕਈ ਆਪਾਂ ਫਕੀਰ ਵੇਹਨੇ ਆ ਨਾ, ਉਹ ਕਹਿੰਦੇ ਤਾਂ ਐਸੀ ਪਰਮਾਤਮਾ ਦਾ ਨਾਮ ਜਪਦੇ ਆ ਪਰ ਵਿਹਾਰ ਚੰਗਾ ਨਹੀਂ। ਸਿਗਰਟਾਂ ਪੀਂਦੇ ਨੇ ਕੀ, ਉਹ ਨਸ਼ੇ ਕਰਦੇ ਨੇ ਕੀ, ਪਖੰਡ ਕਰਦੇ ਨੇ, ਵਿਹਾਰ ਚੰਗੇ ਨਹੀਂ। ਲੋਕਾਂ ਨੂੰ ਕਹਿੰਦੇ ਚੰਗੇ ਬਣੋ, ਆਪਣੇ ਵਿਹਾਰ ਚੰਗੇ ਨਹੀਂ ਉਹਨਾਂ ਦੇ। ਤੇ ਸਾਹਿਬ ਕਹਿੰਦੇ ਉਸਤ ਤੇ ਵੀ ਕਰ, ਪਰਮਾਤਮਾ ਦੀ ਸੋਭਾ ਕਰ। ਪਰਮਾਤਮਾ ਐਡਾ ਵੱਡਾ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ, ਉਹਦੀ ਵਡਿਆਈ ਉਹਦੀ ਸੋਭਾ ਉਹ ਦਿੰਦਾ ਤੇ ਪਛਤਾਉਂਦਾ ਨਹੀਂ। ਏਡੀ ਉਹਦੀ ਸੋਭਾ, ਏਡੇ ਉਹਦੇ ਗੁਣ ਨੇ, ਏਡੀ ਉਹਦੀ ਚੰਗਿਆਈਆਂ ਨੇ। ਨਿਰਮਲ ਰਸਨਾ ਅੰਮ੍ਰਿਤ ਪੀਓ, ਨਿਰਮਲ ਐ ਰਸਨਾ, ਜਿਹੜੀ ਰਸਨਾ ਦੇ ਨਾਲ ਬੰਦਿਆ ਤੂੰ ਚੁਗਲੀ ਨਿੰਦਿਆ ਕੀਤੀ, ਭੈੜਾ ਬੋਲ ਬੋਲੇ, ਉਹ ਰਸਨਾ ਮਲ ਵਾਲੀ ਹੋ ਗਈ, ਮੈਲੀ ਹੋ ਗਈ। ਉਹਨੂੰ ਨਿਰਮਲ ਕਰਨ ਵਾਸਤੇ ਪਰਮਾਤਮਾ ਦਾ ਅੰਮ੍ਰਿਤ ਨਾਮ ਪੀ, ਉਹਦੇ ਨਾਲ ਤੇਰੇ ਇਹ ਰਸਨਾ ਦੀ ਜਿਹੜੀ ਜੀਭਾ ਦੀ ਮੈਲ ਕੱਟੀ ਜਾਵੇਗੀ, ਇਹ ਰਸਨਾ ਤੇਰੀ ਨਿਰਮਲ ਹੋ ਜਾਵੇਗੀ, ਮੈਲ ਤੋਂ ਰਹਿਤ ਹੋ ਜਾਵੇਗੀ, ਕਿਉਂਕਿ ਉਹਦਾ ਪਰਮਾਤਮਾ ਨਾਮ ਨਿਰਮਲੀਆ। ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁੱਖ ਵਡਾਰਨ ਹਰੀਆ। ਅਵਰ ਸਾਧ ਚੱਕ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮੀਠਾ ਜੀਉ। ਜੋ ਜੋ ਪੀਵੇ ਸੋ ਤ੍ਰਿਪਤਾਵੈ, ਅਮਰ ਹੋਵੇ ਜੋ ਨਾਮ ਰਸ ਪਾਵੈ। ਨਾਮ ਨਿਧਾਨ ਤਿਸੇ ਪ੍ਰਾਪਤ, ਜੇ ਸ਼ਬਦ ਗੁਰੂ ਮਨ ਮੀਠਾ ਉਠਾ ਜੀਉ। ਅੰਮ੍ਰਿਤ ਨਾਮ ਸਦਾ ਨਿਰਮਲੀ ਆ, ਉਹਦਾ ਉਹਨੂੰ ਮੈਲ ਨਹੀਂ। ਆਪਾਂ ਜਿੰਨੇ ਵੀ ਕਹਾਣੀਆਂ ਸੁਣਦੇ ਹਾਂ, ਗਾਣੇ ਸੁਣਦੇ ਹਾਂ, ਉਹਨਾਂ ਵਿੱਚ ਕੋਈ ਨਾ ਕੋਈ ਊਣਤਾਈ ਹੈ, ਕਮੀ ਹੈ। ਪਰ ਪਰਮਾਤਮਾ ਦਾ ਐਸਾ ਨਾਮ ਹੈ ਜਿਹਦੇ ਚ ਕੋਈ ਊਣਤਾਈ ਨੇ, ਕੋਈ ਕਮੀ ਨੇ, ਕੋਈ ਘਾਟ ਹੈ ਹੀ ਨਹੀਂ। ਐਸਾ ਪਰਮਾਤਮਾ ਨਾਮ ਹੈ, ਮੈਲ ਤੋਂ ਰਹਿਤ ਹੈ, ਸੁੱਖ ਦੇਣ ਵਾਲਾ, ਦੁੱਖ ਦੂਰ ਕਰ ਦੇਣ ਵਾਲਾ,
ਬਥੇਰੇ ਸਵਾਦ ਵੇਖੇ, ਆਹ ਸਵਾਦ ਹੀ ਵੇਖਣਾ ਨਾ, ਛੱਪੜ ਦੇ ਕੰਢੇ ਦੀਵਾ ਜਗਾਉਣਾ, ਕਹਿਣਾ ਜੀ ਮੈਂ ਇਸ ਵਾਰ ਮੈਂ ਵਰਤ ਰੱਖਿਆ, ਝਾੜੂ ਰਸਤੇ ਚ ਰੱਖ ਦੇਣਾ, ਕਿੱਕਰ ਦੇ ਪਿੱਪਲ ਦੇ ਕੰਢੇ ਦੇ ਕੁਝ ਨਾ ਕੁਝ ਕਰਦੇ ਫਿਰਨਾ, ਪਖੰਡ ਕਰਦੇ ਫਿਰਨਾ, ਇਹਦਾ ਸਵਾਦ ਲੈਣਾ। ਇਹ ਸਵਾਦ ਤੇ ਚਾਖੇ ਬੜੇ ਵੇਖੇ ਨੇ, ਪਰ ਪਰਮਾਤਮਾ ਦਾ ਨਾਮ ਦਾ ਰਸ ਸਭ ਤੋਂ ਮਿੱਠਾ, ਇਹ ਮੁੱਲ ਨਹੀਂ ਜੇ ਮਿਲਦਾ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਪਰਮਾਤਮਾ ਦਾ ਨਾਮ ਦੀ ਕੀਮਤ ਕੋਈ ਮਾਈ ਦਾ ਲਾਲ ਪਾ ਨਹੀਂ ਸਕਦਾ। ਮਨੁੱਖ ਨੇ ਸੋਨਾ, ਚਾਂਦੀ, ਲੋਹਾ, ਤਾਂਬਾ ਜਾਂ ਕੱਪੜਾ, ਅਨਾਜ, ਇਹਦਾ ਮੁੱਖ ਮੁੱਲ ਮੁਕਰਰ ਕੀਤਾ ਕਿ ਹੀਰੇ ਦਾ ਰੱਤੀ ਦਾ ਆਹ ਭਾਅ ਆ, ਸੋਨੇ ਦਾ ਆਹ ਭਾਅ ਆ, ਕੋਈ ਲੀਟਰਾਂ ਵਿੱਚ ਕੋਈ ਮੀਟਰਾਂ ਵਿੱਚ, ਮਨੁੱਖ ਨੇ ਮੁੱਲ ਮੁਕਰਰ ਕੀਤਾ। ਪਰ ਪਰਮਾਤਮਾ ਦੇ ਨਾਮ ਦੇ ਮਾਈ ਦਾ ਲਾਲ ਇਹਦਾ ਰਸ ਜਿਹੜਾ ਕੋਈ ਕੀਮਤ ਨਹੀਂ ਪਾ ਸਕਦਾ, ਇਹ ਅਮੋਲਕ ਆ। ਹੁਣ ਮਨ ਸੋਚੇਗਾ ਜੇ ਮੁੱਲ ਨਹੀਂ ਮਿਲਣਾ, ਕਈ ਵਾਰ ਪਤਾ ਕੀ ਹੁੰਦਾ, ਬਹੁਤ ਵੱਡਾ ਲੰਗਰ ਲਾ ਦਿੰਦੇ ਆ ਬਈ ਸੰਗਤਾਂ ਛਕਣਗੀਆਂ ਤੇ ਸਾਨੂੰ ਰਸ ਮਿਲੇਗਾ। ਬੜੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾਏ, ਮਿੱਠੇ ਪਦਾਰਥ ਬਣਾਏ, ਕਈ ਤਰ੍ਹਾਂ ਦੇ ਸਬਜ਼ੀਆਂ, ਕਈ ਤਰ੍ਹਾਂ ਦੇ ਚੌਲ, ਹਰ ਤਰ੍ਹਾਂ ਦਾ ਹਰ ਚੀਜ਼ ਬਣਾਈ, ਪਰ ਜਦੋਂ ਛਕਾਉਣਾ ਸੀ ਨਾ, ਏਡਾ ਅਮੀਰ ਆਦਮੀ ਆਪ ਗਾਂਹ ਕੇ ਸੇਵਾ ਨਹੀਂ ਕੀਤੀ, ਪਿੱਛੇ ਹੱਥ ਰੱਖ ਕੇ ਖਲੋ ਜਾਂਦੇ ਨੇ, ਕਹਿੰਦੇ ਆਹ ਚੀਜ਼ ਲਿਆ, ਉਹ ਚੀਜ਼ ਲਿਆ, ਆਹ ਚੀਜ਼ ਲਿਆ, ਉਹ ਚੀਜ਼ ਲਿਆ। ਜਦੋਂ ਅਰਦਾਸ ਕੀਤੀ ਉਦੋਂ ਕੀ ਕੀਤਾ ਜੀ, ਦਾਣਾ ਪਾਣੀ ਗੁਰੂ ਕਹਿੰਦਾ, ਟਹਿਰ ਤੇਰੇ ਸਿੱਖਾਂ ਸੇਵਕਾਂ ਦੀ, ਦਾਣਾ ਪਾਣੀ ਜਿਹੜਾ ਗੁਰੂ ਦਾ ਹੈ, ਜੋ ਰਾਸ਼ਨ ਭੇਜਿਆ ਸੀ ਗੁਰੂ ਨੇ ਭੇਜਿਆ, ਰਸਤ ਗੁਰੂ ਨੇ ਦਿੱਤੀ ਆ, ਪਰਮਾਤਮਾ ਨੇ ਦਿੱਤੀ ਆ, ਟਟਹਿਲ ਜਿਹੜੀ ਸੇਵਾ ਕੀਤੀ ਤੇਰੇ ਸਿੱਖਾਂ ਸੇਵਕਾਂ ਨੇ ਕੀਤੀ, ਉਹਦਾ ਤੇ ਨਾਂ ਹੀ ਨਹੀਂ ਵਿੱਚ ਆਇਆ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਸਨ ਤਾਂ ਇੱਕ ਪਠਾਨ ਇੱਕ ਇਮਾਰਤ ਬਣਾ ਰਿਹਾ ਸੀ। ਸਤਿਗੁਰੂ ਕਹਿਣ ਲੱਗੇ ਖਾਨ ਸਾਹਿਬ ਇਹ ਕੀ ਬਣਦਾ, ਕਹਿੰਦਾ ਜੀ ਇਹ ਮਸੀਤ ਬਣਦੀ ਹੈ, ਮਸਜਿਦ ਆ। ਕਹਿੰਦੇ ਇਹਦੇ ਨਾਲ ਕੀ ਹੋਵੇਗਾ, ਕਹਿੰਦਾ ਜੀ ਇੱਥੇ ਆ ਕੇ ਮੇਰੇ ਧਰਮ ਵਾਲੇ ਨਮਾਜ਼ ਅਦਾ ਕਰਨਗੇ, ਤੇ ਸਾਹਿਬ ਕਹਿੰਦੇ ਉਹਦੇ ਨਾਲ ਤੈਨੂੰ ਕੀ ਮਿਲੇਗਾ, ਕਹਿੰਦਾ ਜੀ ਉਹਦੇ 'ਚ ਕੁਝ ਤਾਂ ਕੁਝ ਤਾਂ ਮੈਨੂੰ ਹਿੱਸਾ ਮਿਲੇਗਾ ਹੀ। ਕਹਿੰਦੇ ਕਿ ਨਹੀਂ ਮਿਲਣਾ। ਕਹਿੰਦਾ ਜੀ ਮੈਂ ਬਹੁਤ ਵਧੀਆ ਸੰਗ ਮਰਮਰ ਲਾ ਦੂੰ। ਸਾਹਿਬ ਕਹਿੰਦਾ ਵੀ ਤਾਂ ਵੀ ਨਹੀਂ ਮਿਲਣਾ। ਕਹਿੰਦਾ ਜੀ ਮੈਂ ਸੋਨੇ ਦੇ ਪੱਤਰੇ ਜੜਦਾ ਕੰਧਾਂ ਤੇ। ਸਾਹਿਬ ਕਹਿੰਦੇ ਤਾਂ ਵੀ ਨਹੀਂ ਮਿਲਣਾ, ਤੈਨੂੰ ਇਹਦੇ ਵਿੱਚ ਰਸ ਨਹੀਂ ਮਿਲਣਾ, ਪੈਸੇ ਨਾਲ ਨਹੀਂ ਮਿਲਣਾ। ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਈ, ਮਾਰਨ ਤੋਂ ਭਾ ਮਸਾਲੇ। ਬਹੁਤ ਵਧੀਆ ਮਸਾਲੇ ਉਸ ਮਾਸ ਚ ਪਾ ਕੇ ਦੇ ਦਿੱਤੇ ਜਾਣ ਤੈਨੂੰ ਜਿਹੜਾ ਹਲਾਲ ਨਹੀਂ ਹੋਇਆ, ਕਿ ਹਲਾਲ ਹੋ ਜੂ ਵਧੀਆ ਮਸਾਲਿਆਂ ਨਾਲ। ਕਹਿੰਦਾ ਨਹੀਂ ਜੀ। ਕਹਿੰਦੇ ਇਸੇ ਤਰ੍ਹਾਂ ਜਦ ਤੱਕ ਤੂੰ ਆਪ ਨਮਾਜ਼ਾਂ ਅਦਾ ਨਹੀਂ ਕਰਦਾ, ਆਪਣੇ ਧਰਮ ਅਨੁਸਾਰ ਰੋਜ਼ੇ ਨਹੀਂ ਰੱਖਦਾ, ਉਹਦੀ ਇਬਾਦਤ ਨਹੀਂ ਕਰਦਾ, ਤਦ ਤੱਕ ਤੈਨੂੰ ਉਹਦਾ ਰਸ ਨਹੀਂ ਪ੍ਰਾਪਤ ਹੋ ਸਕਦਾ। ਹਰ ਰਸ ਕੀ ਕੀਮਤ ਕਹੀ ਨਾ ਜਾਏ। ਹੁਣ ਮਨ ਸੋਚੇਗਾ ਜੇ ਮੁੱਲ ਨਹੀਂ ਮਿਲਦਾ, ਇਹਦੀ ਕੀਮਤ ਕੋਈ ਨਹੀਂ, ਤੇ ਮਿਲੇ ਕਿੱਥੋਂ? ਤੇ ਸਾਹਿਬ ਕਿਉਂ ਕਹਿੰਦੇ ਨੇ, ਹਰ ਰਸ ਸਾਧੂ ਹਾਟ ਸਮਾਏ, ਸਤ ਸੰਗਤੋਂ ਸਾਧੂ ਦੀ ਹੱਟੀ, ਸਾਧੂ ਦੀ ਦੁਕਾਨ, ਭਾਵ ਕਿ ਗੁਰੂ ਦੀ ਹੱਟੀ ਹੈ, ਗੁਰੂ ਦੀ ਦੁਕਾਨ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੇ ਰਸ ਦੀ ਪ੍ਰਾਪਤੀ ਹੋ ਸਕਦੀ ਆ, ਮੁੱਲ ਨਹੀਂ ਮਿਲ ਸਕਦਾ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ, ਇੱਥੋਂ ਮਿਲਣਾ, ਸਤਸੰਗਤ ਵਿੱਚੋਂ ਮਿਲੇਗਾ। ਨਿਰਮਲ ਰਸਨਾ ਅੰਮ੍ਰਿਤ ਪੀਓ, ਕਈ ਵਾਰ ਸਾਨੂੰ ਭੁਲੇਖਾ ਪੈ ਜਾਂਦਾ, ਆਪਾਂ ਕਹਿ ਦਿੰਦੇ ਹਾਂ
ਮੈਨੂੰ ਬੜਾ ਚਿਰ ਹੋ ਗਿਆ ਗੁਰਦੁਆਰੇ ਜਾਂਦੇ ਨੂੰ ਜਾਂ ਮੰਦਿਰ ਜਿੱਥੇ ਕਿਤੇ ਵੀ ਆਸਥਾ ਜਾਂਦੇ ਨੂੰ ਬੜਾ ਸਮਾਂ ਹੋ ਗਿਆ, ਮੈਨੂੰ ਅਜੇ ਰਸ ਆਇਆ ਨਹੀਂ, ਕੀ ਕਰਾਂ? ਪਾਠ ਕਰਦਾ ਉਬਾਸੀਆਂ ਆਉਂਦੀਆਂ ਨੇ, ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ, ਇਹਦਾ ਕਾਰਨ ਕੀ ਆ? ਜਦੋਂ ਬਹੁਤ ਜ਼ਿਆਦਾ ਗਰਮੀ ਹੋਵੇ ਨਾ, ਬਹੁਤ ਜ਼ਿਆਦਾ ਧਰਤੀ 'ਤੇ ਰਹਿਣ ਵਾਲੇ ਜੀਵ ਗਰਮੀ ਨਾਲ ਤੜਪਦੇ ਹੋਣ, ਜਦੋਂ ਪਹਿਲੀ ਬਾਰਿਸ਼ ਹੁੰਦੀ ਆ ਧਰਤੀ ਜ਼ਿਆਦਾ ਸੇਕ ਮਾਰਨ ਲੱਗ ਪੈਂਦੀ ਹੈ, ਭਾਫਾਂ ਛੱਡਦੀ ਆ। ਜਿਉਂ ਜਿਉਂ ਧਰਤੀ 'ਤੇ ਵਰਖਾ ਹੁੰਦੀ ਹੋਵੇਗੀ ਤਿਉਂ ਤਿਉਂ ਧਰਤੀ ਠੰਡੀ ਹੋ ਜਾਵੇਗੀ। ਇਹ ਸਾਡੀ ਹਿਰਦੇ ਰੂਪੀ ਧਰਤੀ ਤ੍ਰਿਸ਼ਨਾ ਵਿਕਾਰਾਂ ਦੀ ਅੱਗ ਨਾਲ ਸੜੀ ਪਈ, ਅੰਦਰ ਭਾਂਬੜ ਮਰਚਦੇ ਨੇ। ਜਦੋਂ ਪਰਮਾਤਮਾ ਦੇ ਅੰਮ੍ਰਿਤ ਨਾਮ ਦੀਆਂ ਪਹਿਲੀਆਂ ਬੂੰਦਾਂ ਪੈਣਗੀਆਂ, ਪਹਿਲੀ ਵਰਖਾ ਹੋਵੇਗੀ, ਜ਼ਿਆਦਾ ਸੜਾਂਦ ਮਾਰੇਗੀ, ਜ਼ਿਆਦਾ ਸੇਕ ਮਾਰੇਗੀ, ਉਹ ਕਹੇਗੀ ਵੀ ਹਟ ਜਾ ਪਰਾਂ, ਰਹਿਣ ਦੇ। ਤੇ ਜਿਉਂ ਜਿਉਂ ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਦੇ ਅੰਦਰ ਬੜਾ ਸੋਹਣਾ ਜ਼ਿਕਰ ਕੀਤਾ ਹੈ, ਬਈ ਇੱਕ ਦੇ ਨਾਲ ਜਾਂ ਦੋ ਮਹੀਨਿਆਂ ਦੇ ਨਾਲ ਰਸ ਪ੍ਰਾਪਤ ਨਹੀਂ ਹੋਣਾ, ਸਮਾਂ ਲੱਗੇਗਾ। ਭਾਈ ਸਾਹਿਬ ਕਹਿੰਦੇ ਨੇ, ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਨੇ, ਪੇਖਤ ਪੇਖਤ ਰਤਨ ਜੈਸੇ ਤੋਂ ਪਾਰਖੂ ਹੋਤ, ਸੁਨਤ ਸੁਨਤ ਜੈਸੇ ਪੰਡਿਤ ਪ੍ਰਵੀਨ ਹੈ। ਕੋਈ ਨਾ ਲੜਕਾ ਕਿਸੇ ਜ਼ੋਹਰੀ ਦੀ ਦੁਕਾਨ ਤੇ ਨੌਕਰੀ ਲੱਗ ਗਿਆ ਤੇ ਤਿੰਨਾਂ ਕੁ ਮਹੀਨਿਆਂ ਬਾਅਦ ਆਉਂਦਾ, ਸੇਠ ਜੀ ਮੈਂ ਨੌਕਰੀ ਛੱਡ ਦੇਣੀ ਆ, ਮੈਂ ਕਰਨੀ ਨਹੀਂ। ਸੇਠ ਨੇ ਕਿਹਾ, ਬੱਚਿਆ ਮੈਂ ਤੈਨੂੰ ਕਦੀ ਮਾੜਾ ਨਹੀਂ ਬੋਲਿਆ, ਟਾਈਮ ਨਾਲ ਤੈਨੂੰ ਤਨਖਾਹ ਦੇ ਦੇਣਾ, ਕਾਰਨ ਕੀ ਆ? ਉਹ ਕਹਿੰਦਾ, ਜੀ ਤੁਸੀਂ ਮੰਗਦੇ ਹੋ ਨਾ ਪੰਨਾ ਤੇ ਮੈਂ ਜਰਖਣ ਚੁੱਕ ਲਿਆਉਣਾ, ਤੁਸੀਂ ਜਰਖਣ ਮੰਗਦੇ ਮੈਂ ਨੀਲਮ ਲੈ ਆਉਣਾ, ਤੁਸੀਂ ਨੀਲ ਮੰਗਦੇ ਜੇ ਮੈਂ ਟਾਈਗਰ ਲੈ ਆਉਣਾ, ਮੈਨੂੰ ਸਮਝ ਨਹੀਂ ਲੱਗਦੀ। ਤੇ ਸੇਠ ਕਹਿੰਦਾ, ਕਾਕਾ ਦੋ ਤਿੰਨਾਂ ਚੌਂ ਮਹੀਨਿਆਂ ਨਾਲ ਨਹੀਂ, ਇੱਥੇ 10 ਸਾਲ ਕੰਮ ਕਰ, ਫਿਰ ਤੂੰ ਖੁਦ ਜੌਹਰੀ ਬਣ ਜਾਵੇਗਾ, ਤੈਨੂੰ ਹੀਰਿਆਂ ਦੀ ਪਛਾਣ ਆ ਜਾਵੇਗੀ। ਇੱਕ ਦਿਨ ਨਾਲ, ਦੋ ਦਿਨਾਂ, 6 ਮਹੀਨਿਆਂ ਨਾਲ ਨਹੀਂ, ਸਮਾਂ ਲੱਗੇਗਾ। ਸੁਣਤ ਸੁਣਤ ਜੈਸੇ ਪੰਡਿਤ ਪ੍ਰਵੀਨ ਹੈ, ਕਥਾ ਨੂੰ ਸੁਣਦਿਆਂ ਸੁਣਦਿਆਂ ਖੁਦ ਬੰਦਾ ਅਨਪੜ੍ਹ ਵੀ ਹੋਵੇਗਾ ਨਾ, ਉਹ ਵੀ ਬੜਾ ਸਿਆਣਾ ਗਿਆਨਵਾਨ ਪੰਡਿਤ ਬਣ ਜਾਏ, ਕਥਾ ਵਾਚਕ ਬਣ ਜਾਏਗਾ, ਸਿਆਣਾ ਬਣ ਜਾਏਗਾ। ਸੋਂਗਤ ਸੋਂਗਤ ਸੋਂਹਦਾ ਜੈਸੇ ਸੁਭਾਸੀ ਹੋਤ, ਗਾਵਤ ਗਾਵਤ ਜੈਸੇ ਗਾਏ ਨੂੰ ਗੁਣੀਨ ਹੈ। ਇਤਰਾਂ ਨੂੰ ਸੁੰਘਦਿਆਂ ਸੁੰਘਦਿਆਂ ਫੁੱਲਾਂ ਦੀ ਸੁਗੰਧੀ ਲੈਂਦਿਆਂ ਲੈਂਦਿਆਂ ਸਮਾਂ ਲੱਗੇਗਾ। ਇਹ ਨਹੀਂ ਵੀ ਇੱਕ ਦਿਨ ਅੱਕ ਦੀਆਂ ਦੋ ਡੋਡੀਆਂ ਤੋੜ ਕੇ ਨਾਸਾਂ ਨੂੰ ਲਾਈਆਂ ਤੇ ਕਹੇ ਮੇਰੇ ਵਰਗਾ ਸੁੰਘਾ ਹੀ ਕੋਈ ਨਹੀਂ, ਨਹੀਂ, ਸਮਾਂ ਲੱਗੇਗਾ। ਇਤਰਾਂ ਨੂੰ ਵਰਤਦਿਆਂ ਵਰਤਦਿਆਂ ਉਹ ਮੈਨੂੰ ਪੁੱਛੇਗਾ ਨਹੀਂ ਕਿਸੇ ਕੋਲੋਂ ਵੀ ਕਿਹੜਾ ਕਿਹੜਾ ਇਤਰ ਲਾਇਆ, ਉਹਨੂੰ ਪਤਾ ਲੱਗ ਜਾਏ ਗੇਂਦਾ, ਚਮੇਲੀ, ਗੁਲਾਬ ਆ ਜਾਂ ਚੰਦਨ ਆ, ਉਹਨੂੰ ਬਾਸ਼ਨਾ ਤੋਂ ਪਤਾ ਲੱਗ ਜਾਏਗਾ। ਗਾਵਤ ਗਾਉਂਦਿਆਂ ਗਾਉਂਦਿਆਂ ਸਮਾਂ ਲੱਗੇਗਾ, ਰਿਆਜ਼ ਕਰਦਿਆਂ ਕਰਦਿਆਂ ਬੜਾ ਵੱਡਾ ਰਾਗੀ ਬਣ ਜਾਏਗਾ। ਲਿਖਤ ਲਿਖਤ ਲੇਖ ਜੈਸੇ ਤੋਂ ਲੇਖਤ ਹੋ, ਚਾਖਤ ਚਾਖਤ ਜੈਸੇ ਭੋਗੀ ਰਸ ਭੀਨ ਹੈ। ਕਹਾਣੀਆਂ ਨੂੰ ਲਿਖਦਿਆਂ ਲਿਖਦਿਆਂ, ਰਚਨਾਵਾਂ ਨੂੰ ਲਿਖਦਿਆਂ ਲਿਖਦਿਆਂ ਇੱਕ ਦਿਨ ਐਸਾ ਸਮਾਂ ਆਵੇਗਾ, ਬੜਾ ਵੱਡਾ ਲੇਖਕ ਬਣ ਜਾਵੇਗਾ। ਤਰ੍ਹਾਂ ਤਰ੍ਹਾਂ ਦੇ ਖਾਣੇ, ਤਰ੍ਹਾਂ ਤਰ੍ਹਾਂ ਦੇ ਪਰੌਂਠੇ, ਕਦੀ ਮੂਲੀਆਂ ਵਾਲੇ, ਗੋਭੀ ਵਾਲੇ, ਆਲੂਆਂ ਵਾਲੇ, ਪਿਆਜ਼ਾਂ ਵਾਲੇ, ਮੇਥੀ ਵਾਲੇ, ਸਾਦੇ ਪਰੌਂਠੇ, ਪਨੀਰ ਵਾਲੇ ਪਰੌਂਠੇ, ਤਰ੍ਹਾਂ ਤਰ੍ਹਾਂ ਦੇ ਚੌਲ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੀਆਂ ਚਟਨੀਆਂ ਬਣਾ ਕੇ ਖਾਧੀਆਂ। ਫਿਰ ਉਹਨੇ ਪੁੱਛਣਾ ਨਹੀਂ, ਉਹਨੂੰ ਬਾਸ਼ਨਾ ਆ ਜਾਏਗੀ, ਪਤਾ ਲੱਗ ਜਾਏਗਾ ਕਿਹੜੀ ਕਿਹੜਾ ਖਾਣਾ ਤਿਆਰ ਹੋ ਰਿਹਾ, ਸਮਾਂ ਲੱਗੇਗਾ। ਭਾਈ ਸਾਹਿਬ ਕਹਿੰਦੇ, ਚਲਤ ਚਲਤ ਜੈਸੇ ਠਿਕਾਨੇ ਪਹੁੰਚੇ ਜਾਏ, ਚਲਦਿਆਂ ਚਲਦਿਆਂ 100 ਮੀਲ ਜਾਣਾ ਹੋਵੇ, 2 ਮੀਲ ਪੈਂਡਾ ਰੋਜ਼ ਦਾ ਕਰਾਂਗੇ ਤੇ ਆਖਰ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਤੇ ਜੇ ਦੋ ਦਿਨ ਪੈਂਡਾ ਕੀਤਾ, ਕਹੇ ਨਹੀਂ ਮੈਂ ਪਹੁੰਚ ਹੀ ਨਹੀਂ ਸਕਦਾ, ਉਹ ਨਹੀਂ ਪਹੁੰਚ ਸਕਦਾ। ਭਾਈ ਸਾਹਿਬ ਕਹਿੰਦੇ ਨੇ, ਖੋਜਤ ਖੋਜਤ ਗੁਰ ਸ਼ਬਦ ਲਵਲੀਨ ਹੈ, ਸ਼ਬਦ ਨੂੰ ਖੋਜਦਿਆਂ ਖੋਜਦਿਆਂ
ਸ਼ਬਦ ਨੂੰ ਵਾਚਦਿਆਂ ਵਾਚਦਿਆਂ ਐਸਾ ਸਮਾਂ ਆਵੇਗਾ ਉਹ ਸ਼ਬਦ ਵਿੱਚ ਅਭੇਦ ਹੋ ਜਾਵੇਗਾ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਕੌਤਕ ਕਰਨ ਵਾਲਾ ਪਰਮਾਤਮਾ ਆਪ ਮਿਲ ਜਾਂਦਾ ਜਿਹਨੇ ਹਰੀ ਨੂੰ ਜਪ ਲਿਆ। ਜਿਹੜਾ ਜਿਹੜਾ ਜਪ ਲੈਂਦਾ ਨਾ ਪਰਮਾਤਮਾ ਨੂੰ, ਉਹਦੇ ਅੰਦਰੋਂ ਮੌਤ ਦਾ ਡਰ ਵੀ ਨਿਕਲ ਜਾਂਦਾ, ਕਿਉਂਕਿ ਹਰੀ ਵਰਗਾ ਹੋ ਜਾਂਦਾ। ਹਰੀ ਦਾ ਸੁਭਾਅ ਨਿਰਭਉ, ਉਹ ਡਰਦਾ ਨਹੀਂ, ਉਹਦੇ ਵਰਗਾ ਹੋ ਜਾਂਦਾ। ਸਿਕੰਦਰ ਬਾਦਸ਼ਾਹ ਘੋੜੇ ਤੇ ਚੜਿਆ ਆ ਰਿਹਾ ਸੀ ਤੇ ਕੀ ਵੇਖਦਾ, ਬਹੁਤ ਜ਼ਿਆਦਾ ਸਰਦੀ ਹੈ, ਜ਼ਮੀਨ ਵੀ ਠੰਡੀ ਹੈ, ਇੱਕ ਰੜੇ ਮੈਦਾਨ ਫਕੀਰ ਲੇਟਿਆ ਹੋਇਆ, ਜ਼ਮੀਨ ਤੇ ਕੱਪੜਾ ਕੋਈ ਨਹੀਂ, ਜ਼ਮੀਨ ਬਹੁਤ ਠੰਡੀ ਹੈ, ਤਨ ਤੇ ਢੰਗ ਦੇ ਕੱਪੜੇ ਨਹੀਂ ਫਟੇ, ਪੁਰਾਣੇ ਕੱਪੜੇ ਨੇ, ਪਰ ਉਹਦੀ ਸੂਰਤੀ ਪਰਮਾਤਮਾ ਦੇ ਨਾਲ ਲੱਗੀ ਹੋਈ। ਸਿਕੰਦਰ ਬਾਦਸ਼ਾਹ ਨੇ ਸੋਚਿਆ ਮਨਾ, ਮੇਰੇ ਖਜ਼ਾਨੇ ਵਿੱਚ ਗਿਣਨਾ ਤਾਂ ਕਿਸੇ ਨੇ ਕੀ ਆ, ਤੋਲਿਆ ਵੀ ਤੋਲਿਆ ਨਹੀਂ ਜਾ ਸਕਦਾ, ਇੰਨੇ ਹੀਰੇ ਜਵਾਹਰਾਤ ਨੇ, ਇੰਨਾ ਸੋਨਾ ਚਾਂਦੀ ਆ, ਬਹੁਤ ਜ਼ਿਆਦਾ ਠੰਡ, ਮੈਂ ਫਕੀਰ ਨੂੰ ਕੁਝ ਦੇ ਹੀ ਜਾਵਾਂ। ਘੋੜੇ ਤੋਂ ਉਤਰਿਆ, ਪੈਰਾਂ ਵੱਲ ਖਲੋ ਗਿਆ, ਪਰ ਬੋਲ ਹੰਕਾਰ ਭਰੇ ਬੋਲੇ। ਜਦੋਂ ਕੋਈ ਕਿਸੇ ਨੂੰ ਦਿੰਦਾ ਨਾ ਕੁਝ, ਉਦੋਂ ਹੰਕਾਰ ਨੂੰ ਛੱਡਣਾ ਚਾਹੀਦਾ, ਤਾਂ ਗੱਲ ਬਣਨੀ ਹੈ। ਆ ਕਈ ਵਾਰ ਮੂਵੀ ਤੇ ਵੇਖੀਦਾ ਨਾ, ਇੱਕ ਕੇਲਾ ਦੇਣਾ ਹੋਵੇ ਨਾ, ਇੱਕ ਕੇਲਾ ਕਿਸੇ ਨੂੰ ਦੇਣਾ ਹੋਵੇ, ਕਰਕੇ ਕੇਲਾ ਫੜਾਉਣਾ ਹੋਵੇ, ਤੇ ਤਿੰਨ ਚਾਰ ਜਣ ਖਲੋਤੇ ਹੁੰਦੇ ਨਾਲ, ਦੇਣਾ ਇੱਕ ਕੇਲਾ ਇੱਕ ਨੂੰ, ਤੇ ਤਿੰਨ ਚਾਰ ਜਣ ਖਲੋਤੇ ਆ ਮੂਵੀ ਬਣਾਉਣ ਵਾਸਤੇ, ਇਹ ਹੰਕਾਰ ਹੀ ਆ ਵੀ ਲੋਕ ਵੇਖਣਗੇ ਕੇਲਾ ਦੇ ਦਿੱਤਾ। ਘੋੜੇ ਤੋਂ ਉਤਰਿਆ, ਪੈਰਾਂ ਵੱਲ ਖਲੋ ਗਿਆ, ਪਰ ਬੋਲ ਹੰਕਾਰ ਭਰੇ ਬੋਲੇ। ਕਹਿਣ ਲੱਗਾ, ਫਕੀਰ ਜੀ, ਮੈਂ ਸਿਕੰਦਰ ਬਾਦਸ਼ਾਹ, ਮੇਰੇ ਆਂਢ ਗੁਆਂਢ ਦਾ ਕੋਈ ਬਾਦਸ਼ਾਹ ਰਾਜਾ ਅੜ ਨਹੀਂ ਸਕਿਆ, ਮੇਰੀ ਈਨ ਮੰਨ ਲਈ, ਵੱਡੇ ਵੱਡੇ ਯੋਧਿਆਂ ਨੇ ਮੇਰੇ ਸਾਹਮਣੇ ਸ਼ਸਤਰ ਸੁੱਟ ਦਿੱਤੇ, ਕਿਲਿਆਂ ਨੇ ਆਪਣੇ ਆਪ ਦਰਵਾਜ਼ੇ ਖੋਲ ਦਿੱਤੇ, ਮੇਰੀ ਇੰਨੀ ਦਹਿਸ਼ਤ ਆ, ਬਰੂਦ ਉਗਲਦੀਆਂ, ਅੱਗ ਉਗਲਦੀਆਂ, ਤੋਪਾਂ ਠੰਡੀਆਂ ਹੋ ਗਈਆਂ, ਤੇ ਮੈਂ ਤੁਹਾਡੇ ਪੈਰਾਂ ਵੱਲ ਖਲੋ ਕੇ ਕਹਿਣਾ ਕਿ ਠੰਡ ਬਹੁਤ ਜ਼ਿਆਦੀ ਆ, ਤੁਹਾਡੇ ਕੋਲ ਕੱਪੜਾ ਕੋਈ ਨਹੀਂ, ਮੰਗੋ ਕੀ ਮੰਗਦੇ, ਮੈਂ ਦੇਣ ਵਾਸਤੇ ਤਿਆਰ ਆ। ਫਕੀਰ ਨੇ ਅੱਖਾਂ ਖੋਲੇ, ਚੁੱਪ ਕੀਤੇ ਰਹੇ। ਕਹਿਣ ਲੱਗਾ, ਫਕੀਰ ਜੀ, ਮੈਂ ਤੁਹਾਨੂੰ ਕਹਿੰਦਾ ਮੰਗ ਲਓ, ਕੀ ਮੰਗਦੇ, ਮੈਂ ਦੇਣ ਵਾਸਤੇ ਤਿਆਰ ਹਾਂ। ਫਕੀਰ ਫਿਰ ਚੁੱਪ ਕੀਤਾ ਰਿਹਾ। ਹੁਣ ਚੜ ਗਿਆ ਗੁੱਸਾ, ਮੇਰੇ ਸਾਹਮਣੇ ਕੋਈ ਬਾਦਸ਼ਾਹ ਨਹੀਂ ਅੜ ਸਕਿਆ, ਬੜੇ ਬੜੇ ਯੋਧੇ ਮੇਰੇ ਸਾਹਮਣੇ ਟੇਕ ਨਹੀਂ ਸਕੇ, ਇੱਕ ਆਮ ਜਿਹਾ ਬੰਦਾ ਅੱਖਾਂ ਖੋਲ ਕੇ ਮੇਰੇ ਵੱਲ ਵੇਖੀ ਜਾਂਦਾ, ਕੋਈ ਗੱਲ ਹੀ ਨਹੀਂ ਕਰਦਾ। ਤੇ ਗੁੱਸੇ 'ਚ ਬੋਲਿਆ, ਉਹ ਫਕੀਰਾ, ਹੋ ਸਕਦਾ ਉਹ ਤੈਨੂੰ ਕਹਿੰਦਾ ਠੰਡ ਬੜੀ, ਮੰਗ ਕੀ ਮੰਗਦਾ, ਭਾਵੇਂ ਕੋਈ ਰਿਆਸਤ ਮੰਗ ਲਾ, ਉਹ ਵੀ ਦੇਣ ਵਾਸਤੇ ਤਿਆਰ ਆ, ਕੀ ਮੰਗਦਾ ਮੰਗ ਲਾ। ਫਕੀਰ ਕਹਿਣ ਲੱਗਾ, ਠੰਡ ਬਹੁਤ ਜ਼ਿਆਦਾ, ਤੇ ਜਿਹੜੇ ਖੁਦਾ ਦੇ ਸੂਰਜ ਵੱਲੋਂ ਸਿੱਧੀ ਧੁੱਪ ਮੈਨੂੰ ਪੈਂਦੀ ਸੀ ਨਾ, ਉਹਦੇ ਨਾਲ ਮੈਨੂੰ ਨਿੱਘ ਮਿਲਦਾ ਸੀ, ਗਰਮੈਸ਼ ਮਿਲਦੀ ਸੀ, ਤੂੰ ਪਰਛਾਵਾਂ ਕਰਕੇ ਖਲੋ ਗਿਆ, ਪਰਾਂ ਹੋ ਜਾਗੋ, ਧੁੱਪ ਛੱਡ ਦੇ। ਇਹ ਗੱਲ ਸੁਣ ਕੇ ਸਿਕੰਦਰ ਕ੍ਰੋਧਵਾਨ ਹੋ ਗਿਆ, ਨਹੀਂ ਤੇ ਮੇਰੀ ਨਰਾਦਰੀ ਕਰਤੀ, ਮੇਰੀ ਬੇਇੱਜ਼ਤੀ ਕਰਤੀ। ਅੱਖਾਂ ਲਾਲ ਹੋ ਗਈਆਂ, ਦੰਦੀਆਂ ਕਰੀਚੀਆਂ, ਮੁੱਠੀਆਂ ਮੀਚੀਆਂ, ਗੁੱਸੇ ਵਿੱਚ ਆ ਕੇ ਲੱਤ ਮਾਰੀ, ਲੱਤ ਖਾ ਕੇ ਫਕੀਰ ਹੱਸਿਆ। ਕਹਿਣ ਲੱਗਾ, ਵਾਹ ਵਾਹ ਵਾਹ, ਖੋਤੇ ਦਲਤੀਆਂ ਮਾਰਦੇ ਨੇ, ਬੰਦੇ ਵੀ ਮਾਰਨ ਲੱਗ ਪਏ ਨੇ, ਜਿਹਨੂੰ ਇੰਨਾ ਹੰਕਾਰ ਸੀ, ਇੰਨੀ ਮੇਰੀ ਦਹਿਸ਼ਤ, ਉਹਨੂੰ ਕਹਿਤਾ ਤੂੰ ਗਧਾ ਗਧਾ ਖੋਤਾ, ਤੂੰ ਕਿਉਂ ਕਹਿ ਦਿੱਤਾ, ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਦੀ ਅਰਾਧਨਾ ਕੀਤੀ ਤੇ ਸੰਸਾਰ ਦੇ ਅੰਦਰੋਂ ਮੌਤ ਦਾ ਵੀ ਡਰ ਨਿਕਲ ਗਿਆ, ਕਿਉਂਕਿ ਐਸਾ ਰਸ ਆ ਗਿਆ। ਤੇ ਸਾਹਿਬ ਕਹਿੰਦੇ ਨੇ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਪਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਰਸਨ ਨਾਲ ਪੀ, ਜਿਹੜੀ ਰਸਨਾ ਤੇਰੀ
ਭੈੜੇ ਬੋਲ ਬੋਲ ਕੇ ਮੈਲੀ ਹੋਈ ਆ ਉਹਨੂੰ ਪਵਿੱਤਰ ਕਰ ਤੇ ਫਿਰ ਕੀ ਹੋਵੇਗਾ, ਸਦਾ ਸੁਹੇਲਾ ਕਰ ਲੈ ਜੀ, ਉਹ ਸਦਾ ਵਾਸਤੇ ਆਪਣੇ ਜੀਵ ਨੂੰ ਸੁਖੀ ਕਰ ਲਾ। ਤੇਰੇ ਲਾਗੇ ਦੁੱਖ ਵੀ ਆਵੇਗਾ ਹੀ ਨਹੀਂ। ਦੁੱਖ ਨਾ ਕਈ ਕਿਸਮ ਦੇ ਆ, ਇੱਕ ਮਾਨਸਿਕ ਦੁੱਖ ਆ, ਇੱਕ ਸਰੀਰਕ ਦੁੱਖ ਆ, ਇੱਕ ਘਰ ਦਾ ਦੁੱਖ ਆ। ਬੰਦਾ ਜਿੰਨਾ ਮਰਜ਼ੀ ਅਮੀਰ ਹੋਵੇ ਨਾ, ਉਹਨੂੰ ਪੁੱਛੋ ਕੀ ਹਾਲ ਆ, ਉਹਨੇ ਕਹਿਣਾ ਬੱਚਿਆਂ ਨੇ ਬੜਾ ਦੁਖੀ ਕੀਤਾ। ਬੱਚੇ ਵੀ ਠੀਕ ਠਾਕ ਆ, ਸਾਰਾ ਕੁਝ ਠੀਕ ਠਾਕ ਆ, ਪੈਸਾ ਵੀ ਹੈ, ਕੀ ਹਾਲ ਆ, ਮੈਂ ਆਪ ਬੜਾ ਦੁਖੀ ਆ, ਸਰੀਰ ਬੜਾ ਦੁਖੀ ਰਹਿੰਦਾ, ਸ਼ੂਗਰ ਆ, ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਤੁਰਿਆ ਨਹੀਂ ਜਾਂਦਾ, ਇਹ ਵੀ ਠੀਕ ਆ, ਹੁਣ ਕੀ ਹਾਲ ਆ, ਕੰਮ ਵੱਲੋਂ ਬੜਾ ਦੁਖੀ ਆ, ਸਾਰੇ ਪਾਸੋਂ ਦੁਖੀ ਆ। ਸਾਹਿਬ ਕਹਿੰਦੇ ਨੇ ਨਿਰਮਲ ਰਸਨ ਅੰਮ੍ਰਿਤ ਪੀਓ, ਇਹ ਜਦ ਪੀ ਲਵੇਗਾ ਫਿਰ ਕੀ ਹੋਵੇਗਾ, ਸਦਾ ਸੁਹੇਲਾ ਸਦਾ ਵਾਸਤੇ ਸੁੱਖ ਤੈਨੂੰ ਮਿਲੇਗਾ, ਸਦੀਵ ਕਾਲ ਵਾਸਤੇ ਸੁੱਖ ਮਿਲੇਗਾ। ਕਰ ਲੈ ਜੀ ਆਪਣੇ ਜੀਵ ਨੂੰ, ਆਪਣੀ ਜਿੰਦ ਨੂੰ ਸੁਖੀ ਕਰ ਲਵੇਗਾ। ਨੈਨੋ ਪੇਗ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ। ਜੋ ਆਪਾਂ ਬੱਚਾ ਪੜ੍ਹਦਾ ਨੀ ਨਾ, ਉਹਨੂੰ ਮੰਨੇ ਆ ਉਹ ਗੱਲ ਸੁਣ, ਤੂੰ ਪੜ੍ਹਨ ਨੀ ਗਿਆ, ਉਹ ਅੱਗੋਂ ਹੱਸੀ ਜਾਂਦਾ, ਉਹ ਆਂਦੇ ਗੁਆਂਢੀਆਂ ਵੱਲ ਵੇਖਿਆ ਹੀ ਕਿਵੇਂ ਦੇ ਨਿਆਣੇ ਡੰਗਰ ਚਾਰਦੇ ਫਿਰਦੇ ਆ, ਪੱਠੇ ਵੱਢਦੇ ਫਿਰ, ਤੇਰੀ ਹਾਲਤ ਇਹ ਹੋਣੀ ਆ। ਉਹ ਆਂਦੇ ਵੇਖ ਇਹ ਮੋਹ ਵੱਸ ਹੋ ਕੇ ਜਗਤ ਤੁਰੜਦਾ ਕਿਧਰ ਨੂੰ ਜਾਂਦਾ। ਨੈਣੋ ਪੇਖ ਵੇਖ, ਨੈਣਾਂ ਦੇ ਨਾਲ ਪਰਮਾਤਮਾ ਦੇ ਰੰਗ, ਉਹਦੇ ਕੌਤਕਾਂ ਨੂੰ ਵੇਖ, ਉਹਦੇ ਕੌਤਕ ਕਿਹੋ ਜਿਹੇ ਨੇ। ਬੰਦਾ ਮੋਹ ਵੱਸ ਹੋ ਗਿਆ ਨਾ, ਜਦੋਂ ਜਿਹਨੂੰ ਮੋਹ ਕੇਵਲ ਮੋਹ ਚੰਬੜਿਆ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਧ ਦਾਰਾ ਪੈ ਆਨ ਲਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ। ਮੋਹ ਵੱਸ ਹੋ ਗਿਆ ਨਾ ਬੰਦਾ, ਠੱਗੀ ਠੋਰੀ, ਪਾਪ ਪੁੰਨ, ਨੇਕੀ ਬਦੀ, ਦੁੱਖ ਸੁੱਖ ਸਾਰੇ ਵਖਰੇਵਿਆਂ ਨੂੰ ਭੁੱਲ ਕੇ ਪੈਸਾ ਇਕੱਠਾ ਕੀਤਾ, ਧੋਖਾ ਕੀਤਾ, ਫਿਰੇਵ ਕੀਤਾ, ਲਿਆ ਕੇ ਪਰਿਵਾਰ ਨੂੰ ਦਿਖਾਓ ਜੀ, ਚੋਰੀ ਕੀਤੀ ਖਾਓ ਜੀ। ਤੇ ਜਦੋਂ ਪੁਲਿਸ ਆਈ, ਉਹਨੇ ਕਿਹਾ ਵੀ ਤੈਨੂੰ ਫੜਨਾ ਆਉਣਾ, ਭਾਵੇਂ ਦਸਾਂ ਮੈਂ ਪਰਿਵਾਰ ਦੇ 10 ਮੈਂਬਰ ਨੇ ਤੇ ਦਸਾਂ ਨੇ ਉਹ ਖਾਧਾ, ਫੜਿਆ ਇਕੱਲਾ ਜਾਵੇਗਾ ਜਿਹਨੇ ਚੋਰੀ ਕੀਤੀ, ਜਿਹਨੇ ਧੋਖਾ ਕੀਤਾ, ਜਿਹਨੇ ਫਰੇਬ ਕੀਤਾ, ਜਿਹਨੇ ਕਤਲੋਗਾਰਤ ਕੀਤੀ, ਫੜਿਆ ਇਕੱਲਾ ਹੋ ਜਾਵੇਗਾ, ਸਾਰਾ ਟੱਬਰ ਨਹੀਂ ਫੜਿਆ ਜਾਵੇਗਾ। ਤੇ ਸਾਹਿਬ ਕਹਿੰਦੇ ਇਹਦੇ ਵੇਖ ਕੌਤਕ ਵੇਖ, ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਸਾਧ ਸੰਗ ਕਰਨ ਦੇ ਨਾਲ ਜਿਹੜਾ ਹੋਰਨਾਂ ਦਾ ਮੋਹ ਦਾ ਸੰਗ ਤੇਰਾ, ਉਹ ਸਾਰਾ ਟੁੱਟ ਜਾਵੇਗਾ, ਉਹ ਸਾਰਾ ਖਤਮ ਹੋ ਜਾਵੇਗਾ। ਇਹਨੂੰ ਪਹਿਲਾਂ ਵੇਖ ਲਾ, ਕਹਿੰਦੇ ਵੇਖ ਦਾ ਨੈਣੋ ਪੇਖ ਠਾਕੁਰ ਕਾ ਰੰਗ, ਉਹਦੇ ਰੰਗ ਵੇਖ ਤੇ ਸਹੀ, ਸੰਸਾਰ ਨੂੰ ਕਿਵੇਂ ਚਲਾਇਆ ਪਰਮਾਤਮਾ ਨੇ, ਉਹ ਵੇਖ ਤੇ ਤੂੰ ਕੀ ਕਰ ਫਿਰ। ਸਾਧ ਸੰਗ ਬਿਨ ਸੇ ਸਾਧ ਸੰਗ, ਸਾਧ ਸੰਗ ਕਰੇਗਾ ਤੇ ਜਿਹੜੇ ਹੋਰਨਾਂ ਚੀਜ਼ਾਂ ਵਾਸਤੇ ਮੋਹ ਆ ਨਾ, ਇਹ ਸਾਰਾ ਖਤਮ ਹੋ ਜਾਏਗਾ। ਹਰ ਵਸਤੂ ਦਾ ਮੋਹ ਮਨੁੱਖ ਦਾ, ਇਹ ਸਾਰੇ ਮੋਹ ਖਤਮ ਹੋ ਜਾਣਗੇ। ਚਰਨ ਚਲੋ ਮਾਰਗ ਗੋਬਿੰਦ, ਜਿਹੜਾ ਪਰਮਾਤਮਾ ਦਾ ਮਾਰਗ ਆ ਉਹਦਾ ਮਾਰਗ ਕੀ ਆ, ਹੁਕਮ ਰਜਾਈ ਚੱਲਣਾ, ਗੁਰਮੁਖ ਗਾਡੀ ਰਾਹ ਚਲਾਇਆ। ਗਾਡੀ ਰਾਹ, ਮੇਰੇ ਵੀਰ ਅਤਿ ਸਤਿਕਾਰਯੋਗ ਮਾਨ ਸਿੰਘ, ਇਹਨਾਂ ਨੂੰ ਪਤਾ ਸਾਡੇ ਅੰਮ੍ਰਿਤਸਰ ਨਾ, ਜਿਹੜਾ ਚੰਗਾ ਰਾਹ ਹੋਵੇ ਨਾ, ਚੰਗਾ ਰਾਹ ਰਸਤਾ ਚੰਗਾ ਸਾਫ ਹੋਵੇ, ਉਹਨੂੰ ਕਹਿੰਦੇ ਗਾਡੀ ਰਾਹ ਹੈ। ਤੇ ਗਾਡੀ ਰਾਹ ਤੋਂ ਪਾ ਉੱਥੇ ਟੋਆ ਟਾਵਾ ਕੋਈ ਨਹੀਂ ਹੈਗਾ, ਸਿੱਧਾ ਸਾਫ ਗੱਡਾ ਚੱਲੂਗਾ। ਉਦੋਂ ਪੱਕੇ ਸੜਕਾਂ ਤਾਂ ਹੁੰਦੀਆਂ ਨਹੀਂ ਸੀ, ਜਦੋਂ ਸ਼ਬਦਾਂ ਦੀ ਰਚਨਾ ਹੋਈ ਆ,
ਉਦੋਂ ਕੱਚੇ ਹੁੰਦਾ, ਸਾਰਾ ਕੁਝ ਕੱਚਾ ਹੁੰਦਾ ਸੀ, ਤੇ ਗਾਡੀ ਰਾਹ ਉਹਨੂੰ ਕਹਿੰਦੇ ਸੀ ਜਿਹੜਾ ਬਿਲਕੁਲ ਐਨ ਪੱਧਰਾ, ਕੋਈ ਟੋਆ ਟੱਬਾ ਨਹੀਂ, ਗਾਡੀ ਰਾਹ। ਗਾਡੀ ਰਾਹ ਗੁਰਮੁਖ ਨੇ ਕਿਹੜਾ ਗਾਡੀ ਚਲਾਇਆ? ਹੁਕਮ ਰਜ਼ਾਈ, ਉਹਦੇ ਭਾਣੇ ਚ, ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਤੁਰਨਾ। ਸਾਡੀ ਹਾਲਤ ਕੀ ਆ? ਹੁਕਮ ਨਾ ਜਾਣੇ ਬਹੁਤਾ ਰੋਵੈ, ਅੰਤਰ ਅੰਤਰ ਧੋਖਾ ਨੀਂਦ ਨਾ ਸੋ। ਉਹਦੇ ਭਾਣੇ ਵਿੱਚ ਚੱਲਿਆ ਨੀ, ਉਹਦੇ ਹੁਕਮ ਵਿੱਚ ਚੱਲਿਆ ਨਹੀਂ, ਤੇ ਗਿਲੇ ਸ਼ਿਕਵੇ ਬਹੁਤ ਆ, ਮੈਨੂੰ ਆਹ ਨੀ ਮਿਲਿਆ। ਕਈ ਵਾਰ ਪਤਾ ਕੀ ਹੁੰਦੇ, ਬਹੁਤ ਪੈਸੇ ਵਾਲਾ ਵੀ ਹੋਵੇ ਨਾ ਬੰਦਾ, ਕਹਿੰਦਾ ਸਾਡੇ ਕੋਲ ਤਾਂ ਇੰਨਾ ਨਹੀਂ, ਜਿਹਦੇ ਅਸਾਂ ਮੁੰਡਾ ਵਿਆਹ ਨਾ, ਉਹਨਾਂ ਕੋਲ ਬੜਾ ਪੈਸਾ, ਬੱਲੇ ਬੱਲੇ ਬੱਲੇ। ਉਹ ਕਮਲਿਆ ਬਹੁਤਾ ਕਹੀਏ ਬਹੁਤਾ ਹੋਏ, ਜੋ ਪਰਮਾਤਮਾ ਨੇ ਦਿੱਤਾ ਉਹਨੂੰ ਕਹਿ ਬੜਾ ਦਿੱਤਾ, ਮੈਨੂੰ ਬਹੁਤ ਜ਼ਿਆਦਾ ਦਿੱਤਾ, ਵਾਹਿਗੁਰੂ ਤੇਰਾ ਸ਼ੁਕਰ ਹੈ। ਸਾਧ ਸੰਗ ਬਿਨਸੇ ਸਾਧ ਸੰਗ, ਇਹ ਜਿਹੜਾ ਮੋਹ ਹੈ ਨਾ ਮੋਹ, ਇਹ ਸਤ ਸੰਗਤ ਵਿੱਚ ਆ ਕੇ ਖਤਮ ਹੋਵੇਗਾ। ਮੋਹ ਪਿਆਰ ਬਣ ਜਾਵੇਗਾ, ਤੇ ਪਿਆਰ ਚ ਬੰਦਾ ਕੋਈ ਮਾੜਾ ਕੰਮ ਨਹੀਂ ਕਰਦਾ। ਮੋਹ ਨੂੰ ਮੌਤ ਆ, ਪਿਆਰ ਨੂੰ ਮੌਤ ਨਹੀਂ, ਕਿਉਂਕਿ ਮੋਹ ਜਿਹੜਾ ਤਨਾ ਨਾ ਬੱਝਾ ਹੋਇਆ, ਪਿਆਰ ਆਤਮਾ ਨਾ ਬੱਝਾ। ਤੇ ਸਾਹਿਬ ਕਹਿੰਦੇ ਨੇ ਚਰਨ ਚਲੋ ਮਾਰਗ ਗੋਬਿੰਦ, ਉਹਦੇ ਰਸਤੇ ਚੱਲ ਗੁਰਸਿੱਖ ਮੀਤ, ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮੇਰੇ ਮਿੱਤਰਾ, ਜੋ ਗੁਰੂ ਕਹਿੰਦਾ ਨਾ ਉਹਦੇ ਪਿੱਛੇ ਪਿੱਛੇ ਨਾਲ ਨਾਲ ਤੁਰ, ਜੋ ਕਹਿੰਦਾ ਉਹਦੇ ਮਾਰਗ ਤੇ ਚੱਲ। ਮਾਰਗ ਦਾ ਕੀ ਆ? ਹੁਕਮ ਰਜਾਈ ਚੱਲਿਆ, ਗੁਰਮੁਖ ਗਾਡੀ ਰਾਹ ਚਲਾਇਆ, ਉਹਦੇ ਹੁਕਮ ਵਿੱਚ, ਉਹਦੇ ਭਾਣੇ ਵਿੱਚ ਤੁਰਨਾ। ਅਸੀਂ ਭਾਣੇ ਵਿੱਚ ਤੁਰਦੇ ਨੀ, ਗਿਲੇ ਸ਼ਿਕੇ ਬਹੁਤ ਕਰਦੇ ਨੇ, ਉਹਦੀ ਰਜਾ ਵਿੱਚ ਚੱਲਦੇ ਨੀ, ਇਹ ਕਦੇ ਵੀ ਨੀ ਪੁੱਟਿਆ, ਤੇ ਗਿਲੇ ਸ਼ਿਕੇ ਬਹੁਤ ਜ਼ਿਆਦਾ ਕਰਦੇ ਨੇ। ਗਿਲੇ ਸ਼ਿਕਵੇ ਕਿੰਨੇ ਗਾ, ਜਾ ਕੇ ਅਰਦਾਸ ਕੀਤੀ ਨਾ ਕਿ ਭਾਈ ਸਾਹਿਬ ਜੀ ਅਰਦਾਸ ਕਰਿਓ, ਇੱਕ ਮੰਗਦੇ ਹਾਂ ਪੂਰੀ ਹੋ ਜੇ, ਅਜੇ ਨਹੀਂ ਨਾ ਹੋਈ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਅਰਦਾਸ ਵਿੱਚ ਯਕੀਨ, ਵਿਸ਼ਵਾਸ, ਸਿਦਕ, ਇਹ ਹੋਣਾ ਬਹੁਤ ਜ਼ਰੂਰੀ ਆ। ਯਕੀਨ ਹੈ ਤੇ ਅਰਦਾਸ ਜਿਹੜੀ ਹੋਈ ਕੀਤੀ ਹੈ ਪੂਰੀ ਹੋਣੀ ਹੋਣੀ ਆ, ਤੇ ਸਿਦਕ ਵੀ ਰੱਖਣਾ ਪਵੇਗਾ। ਆਪਾਂ ਅਰਦਾਸ ਕਰਦੇ ਹਾਂ ਕਿ ਸਾਡੇ ਕਾਕੇ ਦਾ ਵਿਆਹ ਹੋ ਜੇ ਦਾਦਿਆ, ਤੇ ਜਾ ਕੇ ਘਰ ਥੋੜਾ ਪੁੱਛਦੇ ਹਾਂ ਵੀ ਕੋਈ ਰਿਸ਼ਤੇ ਵਾਲਾ ਆਇਆ ਕਿ ਨਹੀਂ ਆਇਆ, ਸਿਦਕ ਤੇ ਰੱਖਣਾ ਪੈਣਾ ਨਾ। ਤੇ ਜੇ ਅਰਦਾਸ ਨਹੀਂ ਨਾ ਪੂਰੀ ਹੋਈ, ਤੇ ਘਰੇ ਰੁੱਸ ਕੇ ਬਹਿ ਜਾਣਾ, ਲੈ ਇੱਕ ਚੀਜ਼ ਮੰਗੀ ਸੀ ਉਹ ਵੀ ਨਹੀਂ ਮੈਨੂੰ ਦਿੱਤੀ ਪਰਮਾਤਮਾ ਨੇ, ਹੁਣ ਕੀ ਲੈਣ ਜਾਣਾ ਗੁਰਦੁਆਰੇ। ਫਿਰ ਇੱਥੋਂ ਤਾਂ ਕਹਿਣਗੇ ਉਹ ਭਾਈ ਸਾਹਿਬ ਨੂੰ 100 ਰੁਪਈਆ ਵੀ ਦਿੱਤਾ, ਉਹ ਵੀ ਐਵੇਂ ਚਲੇ ਗਿਆ, 100 ਵੀ ਇੱਥੋਂ ਗਵਾ ਲਿਆ ਐਵੇਂ ਹੀ। ਸਾਹਿਬ ਕਹਿੰਦੇ ਤੂੰ ਕਮਲਿਆ, ਤੂੰ ਕਹਿੰਦਾ ਇੱਕ ਮੰਗ ਮੰਗੀ ਮੈਨੂੰ ਇੱਕ ਨਹੀਂ ਮਿਲੀ, ਤੇ ਜਿਹੜੇ ਤੈਨੂੰ ਪਹਿਲਾਂ ਦੱਸ ਦਿੱਤੀਆਂ ਉਹਨਾਂ ਨੂੰ ਭੁੱਲ ਗਏ, ਉਹਨਾਂ ਨੂੰ ਛੱਡ ਦਿੱਤੇ ਹੀ, ਅਣਮੰਗਿਆ ਦਾਨ ਦਿੱਤਾ ਤੈਨੂੰ ਉਹ ਛੱਡ ਦਿੱਤਾ ਹੀ। 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਮਖੋਟ ਗਵਾਵੇ, ਉਹ ਕਮਲਿਆ ਇੱਕ ਵੀ ਨਾ ਦੇ, 10 ਵੀ ਲੈ, ਇੱਕ ਤੈਨੂੰ ਦੇਵੇ ਨਾ, 10 ਵਾਪਸ ਲੈ ਲੈ, ਖੋਲਵੇ ਤੇ ਤੂੰ ਰੱਬ ਦਾ ਕੀ ਵਿਗਾੜ ਲੇਗਾ, ਕੀ ਕਰ ਲੇਗਾ। ਉਹਦੇ ਹੁਕਮ ਵਿੱਚ ਚੱਲ, ਉਹਦੇ ਭਾਣੇ ਵਿੱਚ ਚੱਲ, ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਚਰਨ ਚਲੋ ਮਾਰਗੋ ਬਿੰਦ, ਉਹਦੇ ਰਸਤੇ ਤੁਰ, ਉਹਨੇ ਰਸਤਾ ਵਿਖਾਇਆ, ਹੁਕਮ ਰਜ਼ਾਈ ਚੱਲਣਾ, ਗੁਰਮੁਖ ਗਾਡੀ ਰਾਹ ਚਲਾਇਆ। ਉਹਦਾ ਰਸਤਾ ਕੀ ਆ? ਉਹਦੇ ਭਾਣੇ ਵਿੱਚ ਚੱਲਣਾ, ਉਹਦੀ ਰਜ਼ਾ ਵਿੱਚ ਤੁਰਨਾ, ਉਹਦੇ ਹੁਕਮ ਵਿੱਚ ਚੱਲਣਾ। ਮਿਟੇ ਪਾਪ ਜਪੀਏ ਹਰ ਬਿੰਦ ਬਿੰਦ, ਥੋੜਾ ਜਿਹਾ ਵੀ ਸਾਰੇ ਪਾਪ ਨਾਸ ਹੋ ਜਾਣਗੇ। ਕਈ ਵਾਰ ਸਾਨੂੰ ਭੁਲੇਖਾ ਪੈ ਜਾਂਦਾ, ਮੇਰੇ ਕੋਲ ਪਾਪ ਹੋ ਗਿਆ,
ਮੈਂ ਕਿਤੇ ਇਸ਼ਨਾਨ ਕਰਾਵਾਂ, ਮੇਰਾ ਮਨ ਪਵਿੱਤਰ ਹੋ ਜਾਏਗਾ। ਸਾਹਿਬ ਕਹਿੰਦੇ ਨਹੀਂ, ਇਤਰਾ ਦੀ ਹੋਣਾ, ਪਾਪ ਕਰੇ ਪੰਚਾਂ ਕੇ ਬਸ ਰਹੇ ਤੀਰਥ ਨਾਵੇਂ। ਕਹਿ ਸਾਹਿਬ ਉਤਰੇ ਕਾਮ ਕਰੋ ਲੋਭ ਮੋਹ ਘਾਰ ਦੇ ਅਧੀਨ ਉਹ ਕੀਤਾ, ਗੁਨਾਹ ਕੀਤਾ, ਅਪਰਾਧ ਕੀਤਾ, ਪਾਪ, ਕਹਿੰਦਾ ਕਿਤੇ ਇਸ਼ਨਾਨ ਕਰਾਵਾਂ ਉਤਰ ਜਾਵੇਗਾ। ਸਾਹਿਬ ਕਹਿੰਦੇ ਇਸ ਤਰ੍ਹਾਂ ਨਹੀਂ ਉਤਰਨਾ। ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਕੀਤੇ ਬੱਜਰ ਤੋਂ ਬੱਜਰ ਗੁਨਾਹ, ਕੀਤੇ ਅਪਰਾਧ, ਕੀਤੇ ਪਾਪ, ਉਹ ਵੀ ਨਸ਼ਟ ਹੋ ਜਾਣਗੇ ਜਦੋਂ ਸਤ ਸੰਗਤ ਵਿੱਚ ਚੱਲ ਕੇ ਆਵੇਗਾ। ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੂਆ ਜੀਜੇ। ਆਤਮਕ ਮੌਤ ਆਈ ਹੋਵੇਗੀ ਨਾ, ਮਿਰਤੋ ਕੋ ਪਾਇਓ ਤਨ ਸਾਸਾ, ਬਿਛੜ ਤੇ ਆਣ ਮਿਲਾਇਆ, ਰੱਬ ਨਾਲ ਵਿਛੜਿਆ ਹੋਵੇਗਾ, ਦੁਬਾਰਾ ਤੇਰਾ ਮਿਲਾਪ ਹੋ ਜਾਵੇਗਾ ਸਤ ਸੰਗਤ ਵਿੱਚ ਆਉਣ ਦੇ ਨਾਲ। ਮਿਟੇ ਪਾਪ ਜਪ ਥੋੜਾ ਜਿਹਾ ਵੀ, ਬਿੰਦ ਥੋੜਾ ਜਿਹਾ ਵੀ। ਕਬੀਰ ਜੀ ਕਹਿੰਦੇ ਨੇ, ਕਬੀਰ ਇਹ ਘੜੀ ਤੋਂ ਆਧੀ ਘੜੀ, ਆਧੀ ਹੂੰ ਤੇ ਆਧ, ਇੱਕ ਘੜੀ, ਘੜੀ ਦੀ ਅੱਧੀ, ਅੱਧੀ ਤੋਂ ਵੀ ਅੱਧੀ। ਭਗਤਨ ਸੇਠੀ ਗੋਸ਼ਟ ਹੈ, ਜੋ ਕੀਨੇ ਸੋ ਲਾਭ। ਜਦੋਂ ਭਗਤਾਂ ਦੇ ਨਾਲ ਵਿਚਾਰ ਕਰੇਗਾ, ਵਿਚਾਰਾਂ ਦਾ ਸਪਰਸ਼ ਕਰੇਗਾ, ਮਿਲਾਪ ਕਰੇਗਾ, ਤੇ ਤੈਨੂੰ ਨਫ਼ਾ ਹੀ ਨਫ਼ਾ, ਨਫ਼ਾ ਹੀ ਨਫ਼ਾ। ਤੇ ਸਾਹਿਬ ਕਹਿੰਦੇ ਇੱਕ ਬਿੰਦ ਥੋੜਾ ਜਿਹਾ ਵੀ। ਮਿਟੇ ਪਾਪ ਜਪੀ ਹਰ ਬਿੰਦ, ਹਰੀ ਦੇ ਨੂੰ ਜਪਿਆ, ਬਿੰਦ ਕੋ ਜਪਿਆ ਵੀ, ਥੋੜਾ ਜਿਹਾ ਜਪਿਆ ਵੀ, ਤੇ ਸਾਰੇ ਤੇਰੇ ਪਾਪ ਨਾਸ ਹੋ ਜਾਣਗੇ। ਕਰ ਹਰ ਕਰਮ ਸਰਵਣ ਹਰ ਕਥਾ, ਕੰਮ ਵੀ ਕਰ, ਇਹਨਾਂ ਥਣ ਚੱਜ ਦੇ ਕੰਮ ਵੀ ਕਰ, ਕੰਨਾਂ ਨਾਲ ਸਰਵਣੇ ਵੀ ਕਰ ਕਥਾ, ਤੇ ਫਿਰ ਕੀ ਹੋਵੇਗਾ। ਬਾਬਾ ਨਾਮਦੇਵ ਜੀ ਨੂੰ ਭਗਤ ਜੀ ਮਿਲਣ ਵਾਸਤੇ ਆਏ, ਤ੍ਰਿਲੋਚਨ ਜੀ। ਤ੍ਰਿਲੋਚਨ ਜੀ ਨੇ ਸੋਚਿਆ ਕਿ ਬਾਬਾ ਨਾਮਦੇਵ ਜੀ ਗੋਡਿਆਂ ਤੇ ਬਾਹਾਂ ਸਿੱਧੀਆਂ ਰੱਖ ਕੇ ਬੈਠੇ ਹੋਣੇ ਆ, ਰਾਮ 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 ਕਰਦੇ ਹੋਣੇ ਆ, ਤੇ ਜਦੋਂ ਆਏ ਉਹ ਅਮਰਿਆਂ ਨੂੰ ਛਪਾ ਰਹੇ ਸਨ, ਮੋਹਰਾਂ ਦਾਗ ਲੈ ਕੇ ਅਮਰਿਆਂ ਨੂੰ ਨਾ, ਰਜਾਈਆਂ ਦੇ ਅਮਰਿਆਂ ਨੂੰ ਛਪਾਈ ਕਰ ਰਹੇ ਸਨ। ਉਹ ਆਂਦਾ ਹੈ ਇਹ ਕੀ ਬਣਿਆ ਬਈ, ਮੈਂ ਤੇ ਸੁਣਿਆ ਹੈਗਾ ਵੀ ਉਹ ਬੜੇ ਨਾਮ ਜਪਣ ਵਾਲਾ, ਇਹਨੂੰ ਤਾਂ ਮਾਇਆ ਨੇ ਆਪਣੇ ਕਲਾਵੇ ਵਿੱਚ ਲੈ ਲਿਆ। ਨਾਮਾ ਮਾਇਆ ਮੋਹਿਆ, ਕਹਿ ਤਲੋਚਨ ਮੀਤ, ਕਾਹੇ ਸ਼ੀਪੇ ਛਾਏ ਲੈ ਰਾਮ ਲਲਾ ਵੋ ਚੀਤ। ਨਾਮਦੇਵ ਜੀ ਨੇ ਕਿਹਾ, ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਲਾਲ। ਹੱਥਾਂ ਨਾਲ ਕੰਮ ਕਰ, ਆਪਣੇ ਚੇਤ ਨੂੰ ਪਰਮਾਤਮਾ ਦੇ ਨਾਲ ਜੋੜ, ਕਿਉਂਕਿ ਸਾਨੂੰ ਕਿਰਤ ਕਰਨ ਵਾਸਤੇ ਸਤਿਗੁਰੂ ਜੀ ਨੇ ਕਿਹਾ, ਉਦਮ ਕਰੇਂਦਿਆ ਜੀਉ, ਕਮਾਵਦਿਆ ਤੂੰ ਸੁੱਖ ਪੁੰਚ, ਧਿਆਇਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਮਾ ਕਮਾ ਕੇ ਖਾ ਤੇ ਨਾਲ ਉਹਦੀ ਆਰਾਧਨਾ ਕਰ। ਕਈ ਜਿਹੜੇ ਰਿਕਸ਼ਾ ਪਾਉਣ ਜਾਂਦੇ ਆ ਨਾ, ਰਿਕਸ਼ੇ ਦੇ ਹੈਂਡਲ ਨੂੰ ਹੱਥ ਪਾਇਆ ਨਾ, ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ, ਇਹ ਮਾਲਕਾ ਤੂੰ ਹੀ ਤੂੰ ਆ, ਉਹ ਆਪਣੀ ਕਿਰਤ ਕਰਦੇ ਨੇ। ਸਤਿਗੁਰ ਨੇ ਕਿਰਤ ਕਰਨ ਵਾਸਤੇ ਕਿਹਾ ਸਾਨੂੰ, ਕਿਰਤ ਕਰ, ਨਾਲ ਉਹਨੂੰ ਯਾਦ ਕਰ, ਆਪਣੇ ਦਿਲ ਚ ਵਸਾ, ਤੈਨੂੰ ਪ੍ਰਭੂ ਵੀ ਮਿਲੇਗਾ, ਉਹਦੀ ਪ੍ਰਾਪਤੀ ਹੋ ਜਾਵੇਗੀ, ਤੇ ਤੈਨੂੰ ਰਾਸ਼ਨ ਵੀ ਮਿਲੇਗਾ, ਤੇਰੀ ਤਨ ਦੀ ਪੂਰਤੀ ਵੀ ਤੇ ਮਨ ਦੀ ਪੂਰਤੀ ਵੀ ਹੋ ਜਾਵੇਗੀ। ਸਾਹਿਬ ਜੀ ਕਹਿੰਦੇ ਨੇ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਨਾ ਦਰਗਾਹ ਨਾਨਕ ਓਜਲ ਮੱਥਾ। ਜਦੋਂ ਉਹਦੀ ਦਰਗਾਹ ਵਿੱਚ ਜਾਵੇਗਾ ਨਾ, ਤੇ ਤੈਨੂੰ ਸਹੀ ਟਿਕਾਣਾ ਮਿਲ ਜਾਵੇਗਾ, ਤੇਰਾ ਮੱਥਾ ਉਜਲ ਹੋਵੇਗਾ, ਜਮਾਂ ਦੀ ਮਾਰ ਨਹੀਂ ਪਵੇਗੀ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਵਿੱਚ ਸਾਨੂੰ ਕਿਹਾ ਕਿ ਉਹ ਪਰਮਾਤਮਾ ਦੇ ਟੇਕ ਰੱਖ, ਕਿਸੇ ਮਨੁੱਖ ਦੀ ਟੇਕ ਨਾ ਰੱਖ, ਉਹ ਅੰਜਾਈ ਚਲੇ ਜਾਵੇਗੀ। ਉਸਤਤੀ ਕਰਨੀ ਆ ਕਿਸੇ ਮਨੁੱਖ ਦੀ ਨਹੀਂ ਕਰਨੀ, ਪਰਮਾਤਮਾ ਦੀ ਉਸਤਤੀ ਕਰ, ਕੰਮ ਕਾਰ ਵੀ ਕਰ ਤੇ ਸੱਚੇ ਦੀ ਦਰਗਾਹ ਦੇ ਵਿੱਚ ਤੇਰਾ ਮੁੱਖ ਉੱਜਲ ਹੋਵੇਗਾ, ਜਮਾਂ ਦੀ ਮਾਰ ਨਹੀਂ ਪਵੇਗੀ, ਉਹਦੇ ਦਰਗਾਹ ਦੇ ਵਿੱਚ ਤੈਨੂੰ ਟਿਕਾਣਾ ਮਿਲ ਜਾਵੇਗਾ। ਗੁਰੂ ਸਾਹਿਬ ਕਿਰਪਾ ਕਰ ਜੀ, ਆਪ ਜੀ ਅੰਮ੍ਰਿਤ ਵੇਲੇ ਦੀਵਾਨ ਵਿੱਚ ਚੱਲ ਕੇ ਆਏ ਹੋ, ਸਾਰਿਆਂ ਦੀ ਹਾਜ਼ਰੀ ਗੁਰੂ ਦਰਬਾਰ ਵਿੱਚ ਲੱਗੇ, ਲੋਕ ਅਤੇ ਪਰਲੋਕ ਦੋਵੇਂ ਸਵੇਰੇ ਜਾਣਗੇ ਜੀ। ਸਤਿਗੁਰ ਰਹਿਮਤ ਕਰਨ, ਸਾਰਿਆਂ ਦੀ ਝੋਲੀ ਵਿੱਚ ਨਾਮ ਦੀ ਦਾਤ ਪਾ ਦੇਣ। ਨਾਮ ਦੀ ਦਾਤ ਇਵੇਂ ਮੰਗਣੀ, ਆਪਾਂ ਘਰਾਂ ਚ ਭਿਖਾਰੀ ਆਉਂਦੇ ਨਾ, ਉਹ ਬੜੇ ਟੀਠ ਹੁੰਦੇ ਨੇ, ਉਹਨਾਂ ਨੇ ਆਵਾਜ਼ ਦੇਣੀ ਆ ਰੋਟੀ ਦਿਓ ਜੀ। ਘਰ ਵਾਲੇ ਕਹਿੰਦੇ ਅਸੀਂ ਪਕਾਈ ਨੀ, ਉਹਦਾ ਆਟਾ ਹੀ ਦੇ ਦਿਓ, ਆਂਦੇ ਉਹ ਵੀ ਹੈ ਨੀ। ਉਹਨੇ ਕਹਿਣਾ ਕੋਈ ਪੁਰਾਣਾ ਕੱਪੜਾ ਦੇ ਦਿਓ, ਆਂਦੇ ਉਹ ਵੀ ਹੈ ਨੀ। ਉਹਨੇ ਕਹਿਣਾ ਮੈਨੂੰ ਕੋਈ ਪੈਸਾ ਦੇ ਦਿਓ, ਫਿਰ ਦੇਣ ਵਾਲੇ ਨੂੰ ਕੁਛ ਨਾ ਕੁਛ ਦੇਣਾ ਪੈਂਦਾ, ਵੀ ਇਹਨੂੰ ਕੁਛ ਨਾ ਕੁਛ ਦੇਈਏ, ਭਿਖਾਰੀ ਢੀਠ ਬੜਾ। ਅਸੀਂ ਝੋਲੀ ਅੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਗੱਲ ਕਹਿਣੀ ਹੈ, ਪਾਵੋ ਦਾਨ ਢੀਠ ਹੋਏ ਮੰਗੂ, ਢੀਠ ਭਿਖਾਰੀ ਬਣ ਕੇ ਦਾਤਾ ਤੇਰੇ ਦਰ ਤੇ ਆਇਆ, ਮੇਰੀ ਝੋਲੀ ਵਿੱਚ ਦਾਤ ਪਾ, ਦਾਨ ਦੇ ਮੈਨੂੰ, ਤੇ ਮੰਗਦਾ ਕੀ ਆ, ਕਿਆ ਮੰਗੂ, ਸਮਝ ਨਹੀਂ ਲੱਗਦੀ ਕੀ ਮੰਗਾ। ਕਿਸ ਥਿਰ ਨਾ ਰਹੀ, ਜੋ ਵਸਤੂਆਂ ਮੇਰੇ ਨਾ ਇਹਨਾਂ ਬਿਲਸ ਜਾਣਾ, ਤੇ ਦਿਓ ਮੈਨੂੰ ਕੀ, ਹਰਦੀ ਜੇ ਨਾਮ ਪਿਆਰੀ ਜੀ, ਉਹ ਮੈਨੂੰ ਪਿਆਰਾ ਨਾਮ ਬੜਾ ਪਿਆਰਾ ਲੱਗਦਾ, ਜੇ ਆਪਣਾ ਪਿਆਰਾ ਨਾਮ ਮੇਰੀ ਝੋਲੀ ਵਿੱਚ ਪਾ ਦਿਓ, ਸਾਰਿਆਂ ਦੀ ਦਾਤ ਪਾ ਝੋਲੀ। ਸਤਿਗੁਰ ਰਹਿਮਤ ਕਰਨ, ਬਹੁਤ ਬਹੁਤ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਜੀ ਦੀ ਸੇਵਾ ਦਾ ਮੌਕਾ ਮਿਲਿਆ ਹੈ। ਅਤਿ ਸਤਿਕਾਰਯੋਗ ਮੇਰੇ ਵੀਰ ਮਾਨ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਬੜੇ ਮਿੱਠ ਬੋਲੜੇ ਨੇ। ਗੁਰੂ ਰਾਮਦਾਸ ਉਹਨਾਂ 'ਤੇ ਕਿਰਪਾ ਕਰਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਦੇ ਰਾਹੀਂ ਮੈਂ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਏਡੇ ਵੱਡੇ ਇਤਿਹਾਸਕ ਸਥਾਨ 'ਤੇ ਮੈਨੂੰ ਮੌਕਾ ਮਿਲਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕੇ ਪੀ ਸਾਹਿਬ ਦਾ, ਗਿਆਨੀ ਬਲਦੇਵ ਸਿੰਘ ਜੀ ਹੈੱਡ ਗ੍ਰੰਥੀ, ਨਾਨਕ ਪਿਓ ਸਾਹਿਬ ਦਾ ਫਾਲਿਆ ਦਾ ਬਹੁਤ ਬਹੁਤ ਧੰਨਵਾਦ ਜੀ, ਸਾਰੀ ਸੰਗਤ ਦਾ, ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਸੇਵਾ ਦਾ ਮੌਕਾ ਬਖਸ਼ਿਆ। ਹੋਈਆਂ ਭੁੱਲਾਂ ਦੀ ਖਿਮਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।